ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਸੰਤ ਉੱਤਰ ਦੇ ਮਹਾਂਪੁਰਖਾਂ ਜੀ ਦੇ ਜੀਵਨ ਵਰਤਾਰੇ ਦੇ ਉੱਤੇ ਆਪ ਸਾਰੀਆਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰ ਰਿਹਾ ਹੈਗਾ। ਸੋ ਇੱਕ ਵਾਰ ਕੀ ਹੋਇਆ, ਸੰਤ ਉੱਤਰ ਦੇ ਮਹਾਂਪੁਰਖ ਜਿਹੜੇ ਸੀਗੇ ਹੈ ਨਾ, ਕਿਸੇ ਸੰਘਣੇ ਦਰੱਖਤ ਦੀ ਛਾਂ ਦੇ ਥੱਲੇ ਆਪਣੀ ਬੰਦਗੀ ਵਿੱਚ ਮਸਤ ਸੀਗੇ ਅਤੇ ਕੋਲੋਂ ਦੀ ਜਾਂਦੀ ਸੀਗੀ ਗੱਡੀ ਦੀ ਪਟੜੀ ਦੀ ਲੈਣ। ਮਹਾਂਪੁਰਖਾਂ ਦੀ ਨਜ਼ਰ ਪਈ, ਕੀ ਦੇਖਿਆ, ਇੱਕ ਕੋਈ ਜਾਣੀ ਲਾਲਾ ਜਿਹੜਾ ਸੀ ਹੈ ਨਾ, ਜਿਹਦਾ ਨਾਮ ਮੰਗੂ ਰਾਮ ਕਹਿੰਦੇ ਆ, ਉਹ ਪਟੜੀ ਦੇ ਨਾਲ ਨਾਲ ਤੁਰਿਆ ਆਉਂਦਾ ਸੀਗਾ ਅਤੇ ਬਹੁਤ ਜ਼ਿਆਦਾ ਗੰਭੀਰ ਸੋਚ ਦੇ ਵਿੱਚ ਸੀਗਾ। ਜਦ ਮਹਾਂਪੁਰਖਾਂ ਦੀ ਨਜ਼ਰ ਪਈ ਅਤੇ ਲਾਲਾ ਮੰਗੂ ਰਾਮ ਨੇ ਵੀ ਦੇਖਿਆ ਵੀ ਕੋਈ ਰੱਬ ਦਾ ਪਿਆਰਾ ਬੈਠਾ ਹੈਗਾ। ਜਦ ਦੋਨਾਂ ਦੀ ਆਸ ਵਿੱਚ ਨਜ਼ਰ ਮਿਲੀ ਹੈਗੀ ਆ ਅਤੇ ਮਹਾਂਪੁਰਖ ਅਚਾਨਕ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਮੰਗੂ ਰਾਮ ਕਿਸ ਸੋਚ ਵਿੱਚ ਪਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਉਹ ਮੰਗੂ ਰਾਮ ਜਿਹੜਾ ਨਾਂ ਲੈ ਕੇ ਆਵਾਜ਼ ਮਾਰੀ ਬੜਾ ਹੈਰਾਨ ਹੋ ਗਿਆ ਵੀ ਇਹ ਤਾਂ ਸ਼ਖਸ ਮੈਨੂੰ ਜਾਣਦਾ ਨਹੀਂ, ਇਹ ਮੈਨੂੰ ਕਿਵੇਂ ਜਾਣਦਾ ਮੇਰਾ ਨਾਂ ਲੈ ਕੇ ਆਵਾਜ਼ ਮਾਰੀ। ਖੈਰ ਜਦ ਮੰਗੂ ਰਾਮ ਜੀ ਕੋਲ ਆਏ ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਕੀ ਗੱਲ ਹੋਈ, ਕਿਸ ਸੋਚ ਵਿੱਚ ਪਿਆ ਹੈਗਾ। ਤਾਂ ਫਿਰ ਮੰਗੂ ਰਾਮ ਜੀ ਦੀਆਂ ਅੱਖਾਂ ਭਰ ਆਈਆਂ, ਉਹ ਕਹਿਣ ਲੱਗਾ, ਮਹਾਂਪੁਰਖੋ ਮੈਂ ਤੁਹਾਨੂੰ ਕੀ ਦੱਸਾਂ, ਮੈਂ ਹੈ ਨਾ ਇੱਕ ਵਾਰ ਦੇਹਰਾਦੂਨ ਗਿਆ ਸੀਗਾ ਆਪਣੇ ਜੀਵਨ ਦੇ ਵਿੱਚ, ਉੱਥੇ ਇੱਕ ਸੇਠ ਸੀਗਾ ਅਤੇ ਮੇਰਾ ਹੈ ਨਾ ਉਹ ਸੇਠ ਦੇ ਨਾਲ ਪਿਆਰ ਪੈ ਗਿਆ। ਪਿਆਰ ਪੈਂਦਾ ਪੈਂਦਾ ਇੰਨਾ ਜਾਣੀ ਕਿ ਪਿਆਰ ਸਾਡਾ ਗੂੜਾ ਹੋ ਗਿਆ ਨਾ। ਕਹਿੰਦੇ ਵੀ ਸੇਠ ਜਿਹੜਾ ਵਪਾਰ ਕਰਦਾ ਸੀਗਾ ਮੇਰੀ ਸੇਠ ਦੇ ਨਾਲ ਹੈ ਨਾ ਸਾਂਝੀ ਬਣ ਗਈ, ਅਤੇ ਸੇਠ ਮੈਨੂੰ ਕਹਿਣ ਲੱਗਾ ਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ, ਤੂੰ ਮੇਰੇ ਨਾਲ ਇਸ ਵਪਾਰ ਦੇ ਵਿੱਚ ਰਲ ਜਾ ਅਤੇ ਜੋ ਵੀ ਮੁਨਾਫਾ ਹੋਏਗਾ ਨਾ ਆਪਾਂ ਦੋਨੋਂ ਅੱਧੋ ਅੱਧ ਕਰ ਲਵਾਂਗੇ। ਕਹਿੰਦੇ ਕਿਉਂਕਿ ਹੁਣ ਮੈਂ ਸੇਠ ਦੇ ਨਾਲ ਬਿਲਕੁਲ ਘੁਲ ਮਿਲ ਚੁੱਕਾ ਸੀਗਾ, ਜਿਹੜਾ ਦੇਹਰਾਦੂਨ ਦਾ ਸੀਗਾ ਉਹਨੂੰ ਕਹਿੰਦੇ ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ ਨਾ, ਉਸ ਟਾਈਮ ਦੇ ਜਾਣੀ ਕਿ ਇੱਕ ਭਾਰੀ ਰਕਮ ਜਿਹੜੀ ਉਹ ਸੇਠ ਨੂੰ ਦੇ ਦਿੱਤੀ। ਜਾਂ ਸੇਠ ਨੂੰ ਕਹਿੰਦੇ ਮੈਂ 5000 ਰੁਪਈਆ ਦਿੱਤਾ ਅਤੇ 5000 ਰੁਪਈਆ ਦੇ ਕੇ ਹੈ ਨਾ, ਅਤੇ ਕਹਿੰਦੇ ਫਿਰ ਮੈਨੂੰ ਸੇਠ ਕਹਿਣ ਲੱਗਾ ਕਿ ਹੁਣ ਆਪਣਾ ਕੰਮ ਜਿਹੜਾ ਹੈ ਨਾ ਸੋਹਣਾ ਚੱਲ ਪਿਆ ਹੈਗਾ, ਅਤੇ ਹੁਣ ਤੂੰ ਇੱਦਾਂ ਕਰ ਜਿੱਥੇ ਤੂੰ ਰਹਿੰਦਾ ਹੈ ਨਾ ਉੱਥੋਂ ਆਪਣਾ ਸਾਰਾ ਸਮਾਨ ਚੱਕ ਲਿਆ ਅਤੇ ਇੱਥੇ ਹੀ ਸ਼ਹਿਰ ਦੇ ਵਿੱਚ ਰਹਿਣ ਲੱਗ ਪਾ, ਅਤੇ ਆਹ ਜਿਹੜਾ ਮੇਰਾ ਕਮਰਾ ਖਾਲੀ ਹੈ ਤੂੰ ਇੱਥੇ ਆਪਣਾ ਪਰਿਵਾਰ ਲੈ ਆ। ਅਤੇ ਫਿਰ ਜਿਹੜਾ ਲਾਲਾ ਮੰਗੂ ਰਾਮ ਸੀ ਉਹ ਮਹਾਂਪੁਰਖਾਂ ਨੂੰ ਕਹਿਣ ਲੱਗਾ ਕਿ ਜਦੋਂ ਮੈਂ ਪਰਿਵਾਰ ਲੈ ਕੇ ਸਾਰਾ ਸਮਾਨ ਲਿਆ ਕੇ ਜਦ ਕਹਿੰਦੇ ਮੈਂ ਦੇਹਰਾਦੂਨ ਪਹੁੰਚਾ ਸੀਗਾ ਅਤੇ ਕਹਿੰਦੇ ਉਹ ਜਿਹੜਾ ਸੇਠ ਸੀਗਾ ਜਿਹਦੇ ਨਾਲ ਮੈਨੂੰ ਇੰਨਾ ਪਿਆਰ ਸੀਗਾ ਜਿਹਦੇ ਨਾਲ ਮੈਂ ਸਾਂਝੀਦਾਰ ਬਣ ਗਿਆ ਸੀਗਾ, ਜਦੋਂ ਕਹਿੰਦੇ ਮੈਂ ਉਹ ਤੋਂ ਮਕਾਨ ਦੀ ਚਾਬੀ ਮੰਗੀ, ਕਹਿੰਦੇ ਉਲਟਾ ਜਿਹੜਾ ਸੀ ਉਹ ਬੋਲ ਪਿਆ, ਕਹਿੰਦਾ ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ, ਤੂੰ ਚਾਬੀ ਕਿਵੇਂ ਮੰਗਦਾ ਹੈਗਾ। ਕਹਿੰਦੇ ਜਦ ਇਹ ਗੱਲ ਹੋਈ ਮੈਂ ਹੱਕਾ ਬੱਕਾ ਹੋ ਗਿਆ, ਪਹਿਲਾਂ ਤਾਂ ਮੈਂ ਕਿਹਾ ਵੀ ਸ਼ਾਇਦ ਇਹ ਮੇਰੇ ਨਾਲ ਮਖੌਲ ਕਰਦਾ, ਪਰ ਜਦ ਬਾਅਦ ਦੇ ਵਿੱਚ ਪਤਾ ਲੱਗਾ ਜਦੋਂ ਨੇ ਕੋਰੀ ਨਾ ਕਰ ਦਿੱਤੀ ਅਤੇ ਫਿਰ ਕਹਿੰਦੇ ਗੱਲ ਕੀ ਸੀ, ਫਿਰ ਰੌਲਾ ਪੈ ਗਿਆ। ਮੈਂ ਕਹਿੰਦੇ 5-7 ਬੰਦੇ ਇਕੱਠੇ ਕਰਕੇ ਜਦ ਕਹਿੰਦੇ ਉਹ ਸੇਠ ਦੇ ਨਾਲ ਸਾਰੀ ਗੱਲਬਾਤ ਕੀਤੀ, ਸੇਠ ਕਹਿੰਦੇ ਮੰਨੇ ਹੀ ਨਾ, ਅਤੇ ਮੈਂ ਉਸਨੂੰ ਆਖਿਆ ਸੀ ਕਿ ਮੈਂ ਤੈਨੂੰ 5000 ਰੁਪਈਏ ਦਿੱਤੇ ਆ ਅਤੇ 5000 ਰੁਪਈਏ ਦੇ ਕੇ ਆਪਣਾ ਸਾਂਝਾ ਵਪਾਰ ਕੀਤਾ, ਅਤੇ ਪਰ ਕਹਿੰਦੇ ਮੈਂ ਉਹ ਤੋਂ ਐਤਵਾਰ ਕਰਕੇ ਹੈ ਨਾ ਜਿਹੜੇ 5000 ਰੁਪਈਏ ਦਿੱਤੇ ਸੀ ਉਹ ਲਿਖਤੀ ਤੌਰ 'ਤੇ ਨਹੀਂ ਸੀ ਦਿੱਤੇ, ਉਹ 'ਤੇ ਐਤਵਾਰ ਕਰਕੇ ਉਹਨੂੰ ਦਿੱਤੇ ਸੀ। ਤਾਂ ਸੇਠ ਕਹਿਣ ਲੱਗਾ ਵੀ ਜੇ ਤੂੰ ਮੈਨੂੰ 5000 ਰੁਪਈਏ ਦਿੱਤੇ ਆ ਤਾਂ ਮੈਨੂੰ ਲਿਖਤ ਖਾ ਕਿਸ ਲਿਖਤ ਵਿੱਚ ਦਿੱਤੇ ਆ, ਕਿਹੜੇ ਗਵਾਹ ਦੇ ਸਾਹਮਣੇ ਦਿੱਤੇ ਆ। ਪਰ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਅਖੀਰ ਕਹਿੰਦੇ ਫਿਰ ਮੈਂ ਸਭ ਕੁਛ ਛੱਡ ਕੇ ਹੈ ਨਾ ਉੱਥੋਂ ਇੱਥੇ ਆ ਗਿਆ ਸੀ। ਅਤੇ ਇਹ ਸੇਠ ਨੇ ਮੇਰੇ ਨਾਲ ਹੈ ਨਾ ਬਹੁਤ ਜ਼ਿਆਦਾ ਵੱਡਾ ਧੋਖਾ ਕੀਤਾ ਜ਼ਿੰਦਗੀ ਦੇ ਵਿੱਚ, ਜਿਹਦੇ ਨਾਲ ਮੈਂ ਹੈ ਨਾ ਜਾਣੀ ਲੱਖਾਂ ਤੋਂ ਕੱਖਾਂ ਦੇ ਵਿੱਚ ਹੋ ਗਿਆ। ਤਾਂ ਸੰਤ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਭਾਈ ਇਹ ਜਿਹੋ ਜਿਹਾ ਅਸੀਂ ਨਾ ਬੀਜ ਬੀਜਦੇ ਹਾਂ ਉਹੋ ਜਿਹਾ ਹੀ ਵੱਢਣਾ ਪੈਂਦਾ ਹੈਗਾ। ਜਦੋਂ ਉਹ ਸੰਤ ਉੱਤਰ ਦੇਵ ਜੀ ਨੇ ਉਹਨਾਂ ਨੇ ਉਹਨਾਂ ਨੂੰ ਆਖਿਆ ਅਤੇ ਲਾਲਾ ਮੰਗੂ ਰਾਮ ਬੜਾ ਹੈਰਾਨ ਜਿਹਾ ਹੋ ਗਿਆ, ਕਹਿੰਦਾ ਜੀ ਮੈਂ ਸਮਝਿਆ ਨਹੀਂ। ਮਹਾਂਪੁਰਖ ਕਹਿੰਦੇ ਜੇ ਤੂੰ ਸਿੱਧਾ ਨਹੀਂ ਸਮਝਿਆ ਤਾਂ ਤੂੰ ਜੇ ਤੂੰ ਕਹੇ ਤਾਂ ਤੂੰ ਦੂਸਰੇ ਤਰ੍ਹਾਂ ਸਮਝ ਸਕਦਾ ਹੈਗਾ ਤਾਂ ਤੈਨੂੰ ਉਸ ਤਰ੍ਹਾਂ ਸਮਝਾ ਦਿੰਦੇ ਹਾਂ। ਉਹ ਕਹਿਣ ਲੱਗਾ ਜੀ ਤੁਸੀਂ ਕਿਵੇਂ ਸਮਝਾਓਗੇ। ਮਹਾਂਪੁਰ ਕਹਿੰਦੇ ਆਪਣੇ ਸਿਰ 'ਤੇ ਹੱਥ ਰੱਖ। ਜਦ ਸਿਰ 'ਤੇ ਹੱਥ ਰੱਖਿਆ ਜਾਂ ਕੀ ਦੇਖਿਆ ਹੈਗਾ ਕਿ ਉਹਨੂੰ ਉਹਦਾ ਪਿਛਲਾ ਜਨਮ ਹੀ ਦਿਖਾਤਾ ਮਹਾਂਪੁਰਖਾਂ ਨੇ। ਉਹਦੇ ਵਿੱਚ ਉਹਨੇ ਕੀ ਦੇਖਿਆ ਕਿ ਜਿਸ ਸੇਠ ਨੇ ਉਹਦੇ ਨਾਲ ਇੱਥੇ 5000 ਰੁਪਈਏ ਦਾ ਧੋਖਾ ਕੀਤਾ ਸੀਗਾ, ਅਗਲੇ ਜਨਮ ਦੇ ਵਿੱਚ ਹੈ ਨਾ ਮੰਗੂ ਰਾਮ ਨੇ ਉਹਦੇ ਨਾਲ ਵੀ ਇੱਕ ਬਹੁਤ ਭਾਰਾ ਧੋਖਾ ਕੀਤਾ ਸੀਗਾ, ਅਤੇ ਉਸ ਧੋਖੇ ਦੇ ਬਦਲੇ ਜਿਹੜਾ ਹੈ ਨਾ ਆਹ ਧੋਖਾ 5000 ਦਾ ਹੋਇਆ ਸੀਗਾ ਵੀ ਉਸੇ ਧੋਖੇ ਦਾ ਪ੍ਰਣਾਮ ਸੀਗਾ, ਕਿਉਂਕਿ ਹਰੇਕ ਜਨਮ ਦਾ ਜਿਹੜਾ ਹੈ ਨਾ ਅੱਟਾ ਸੱਟਾ ਜਿਹੜਾ ਸੀ ਉਹ ਚੱਲਦਾ ਦਿਖਾ ਦਿੱਤਾ ਸੀ ਮਹਾਂਪੁਰਖਾਂ ਨੇ ਸੇਠ ਮੰਗੂ ਰਾਮ ਨੇ। ਬਸ ਫਿਰ ਕੀ ਸੀ, ਫਿਰ ਇਸ ਘਟਨਾ ਤੋਂ ਬਾਅਦ ਫਿਰ ਮੰਗੂ ਰਾਮ ਜਿਹੜਾ ਸੀ ਉਹ ਮਹਾਂਪੁਰਖਾਂ ਦੇ ਪੈਰੀਂ ਪੈ ਗਿਆ, ਅਤੇ ਮਹਾਂਪੁਰਖਾਂ ਨੇ ਕਿਹਾ ਹੈਗਾ ਕਿ ਜੋ ਵੀ ਕੁਛ ਹੋਇਆ ਹੁਣ ਤੂੰ ਇਸ ਨੂੰ ਇਹ ਭੁੱਲ ਜਾ, ਅੱਗੇ ਤੋਂ ਕਹਿੰਦੇ ਤੂੰ ਕਿਰਤ ਕਰ,
ਕਿਰਤ ਕਰਕੇ ਨਾਮ ਜਪ, ਨਾਮ ਜਪ ਕੇ ਤੂੰ ਵੰਡ ਕੇ ਛਕ, ਫਿਰ ਇਹਦੇ ਵਿੱਚ ਵਾਹਿਗੁਰੂ ਤੇਰੀ ਬਰਕਤ ਜਿਹੜਾ ਜ਼ਰੂਰ ਪਾਵੇਗਾ। ਸੋ ਇੱਕ ਘਟਨਾ ਜਿਹੜੀ ਹੈਗੀ ਆ, ਉਹ ਸੱਜਣ ਸਿੰਘ ਜੀ ਹੈ, ਉਹਨਾਂ ਦੀ ਪਤਨੀ ਗੁਰਦਿਆਲ ਕੌਰ ਆ ਜੀ, ਉਹਨਾਂ ਦੀ ਜਿਹੜੀ ਉਹ ਦੱਸਦੇ ਹੁੰਦੇ ਸੀਗੇ, ਕਹਿੰਦੇ ਵੀ ਮੇਰਾ ਹੈ ਨਾ ਮੂੰਹ ਬੜਾ ਪੱਕਿਆ ਰਹਿੰਦਾ ਸੀਗਾ, ਮੈਂ ਕਹਿੰਦੇ ਬਹੁਤ ਦਾਰੂਆਂ ਵੀ ਖਾਧੀਆਂ, ਬੜਾ ਕੁਛ ਕੀਤਾ, ਪਰ ਮੂੰਹ ਨੂੰ ਆਰਾਮ ਨਹੀਂ ਆਇਆ ਅਤੇ ਮੂੰਹ ਦੇ ਵਿੱਚੋਂ ਪਾਣੀ ਵੀ ਵਗਦਾ ਰਹਿੰਦਾ ਸੀ, ਜਿਸ ਕਰਕੇ ਮੈਂ ਕੋਈ ਚੀਜ਼ ਜਿਹੜੀ ਸੀ ਨਾ ਉਹ ਮੂੰਹ ਦੇ ਨਾਲ ਅੱਛੀ ਤਰ੍ਹਾਂ ਚਵਾ ਕੇ ਖਾ ਨਹੀਂ ਸੀ ਸਕਦੀ। ਬਸ ਕਹਿੰਦੇ ਇਹ ਜਿਹੜੀ ਤਕਲੀਫ ਸੀ ਨਾ ਮੂੰਹ ਦੇ ਵਿੱਚ ਮੇਰੇ ਜਿਹੜੀ ਹਰਦਮ ਬਣੀ ਰਹਿੰਦੀ ਸੀ, ਪਰ ਜਦੋਂ ਕਹਿੰਦੇ ਮੈਂ ਮਹਾਂਪੁਰਖਾਂ ਦੇ ਕੋਲ ਗਈ ਸੀ, ਬਾਬਾ ਉੱਤਰ ਦੇਵ ਜੀ ਦੇ ਕੋਲ, ਮੈਂ ਉਹਨੂੰ ਦੱਸਿਆ ਸੀਗਾ ਮਹਾਂਪੁਰਖਾਂ ਨੂੰ ਕਿ ਮੇਰਾ ਮੂੰਹ ਜਿਹੜਾ ਹਰ ਟਾਈਮ ਪੱਕਾ ਰਹਿੰਦਾ, ਇਹਨੂੰ ਕਦੀ ਆਰਾਮ ਨਹੀਂ ਆਉਂਦਾ, ਮੈਂ ਬਹੁਤ ਸਾਰੀਆਂ ਦਵਾਈਆਂ ਵੀ ਖਾ ਕੇ ਦੇਖ ਲਈਆਂ। ਅਤੇ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਬੀਬਾ ਤੂੰ ਇਸ ਤਰ੍ਹਾਂ ਕਰ, ਰੋਜ਼ ਜਾ ਕੇ ਹੈ ਨਾ ਤੁਸੀਂ ਦਾਤਣ ਕਰਿਆ ਕਰੋ। ਕਹਿੰਦੇ ਵੀ ਜਿਹੜੀ ਮੈਂ ਰੋਜ਼ ਜਿਹੜੀ ਦਾਤਣ ਕਰਨੀ ਸ਼ੁਰੂ ਕਰ ਦਿੱਤੀ, ਕਿ ਬਸ ਕਹਿੰਦੇ ਐਸੀ ਦਾਤਣ ਕੀਤੀ, ਉਹ ਬੀਬੀ ਜੀ ਦੱਸਦੇ ਸੀਗੇ ਕਿ ਹੁਣ ਮੇਰੀ ਜਿਹੜੀ ਹੈ ਨਾ ਉਹ 85 ਸਾਲ ਦੀ ਉਮਰ ਹੋ ਗਈ ਆ, ਪਰ ਅਜੇ ਵੀ ਜਿਹੜਾ ਮੇਰਾ ਮੂੰਹ ਹੈ ਨਾ ਜ਼ਿੰਦਗੀ 'ਚ ਕਦੀ ਨਹੀਂ ਪੱਕਿਆ ਹੈਗਾ। ਇਸ ਤਰ੍ਹਾਂ ਹੈ ਨਾ ਇੱਕ ਦਲੀਪ ਸਿੰਘ ਦਾ ਜਿਹੜਾ ਲੜਕਾ ਕਰਤਾਰ ਸਿੰਘ ਸੀਗਾ, ਉਹਨਾਂ ਦੀ ਘਟਨਾ ਹੈਗੀ ਆ ਕਿ ਉਹ ਦੱਸਦੇ ਸੀ ਕਿ ਮੇਰੀਆਂ ਜਿਹੜੀਆਂ ਨਾ ਅੱਖਾਂ ਦੁਖਦੀਆਂ ਰਹਿੰਦੀਆਂ ਸੀਗੀਆਂ, ਬਹੁਤ ਦਵਾ ਦਾਰੂ ਲਏ ਆ, ਪਰ ਅੱਖੀਆਂ ਤੋਂ ਕਿਸੇ ਤਰ੍ਹਾਂ ਆਰਾਮ ਨਹੀਂ ਸੀ ਆਉਂਦਾ, ਹਮੇਸ਼ਾ ਜਿਹੜੀ ਅੱਖਾਂ ਦੇ ਵਿੱਚ ਲਾਲੀ ਰਹਿੰਦੀ ਸੀ। ਅਸੀਂ ਵੀ ਕਹਿੰਦੇ ਮਹਾਂਪੁਰਖਾਂ ਦੇ ਕੋਲ ਗਏ ਸੀਗੇ, ਜਦੋਂ ਕਹਿੰਦੇ ਗਏ ਸੀ ਤਾਂ ਮਹਾਂਪੁਰਖਾਂ ਨੇ ਆਖਿਆ ਸੀਗਾ ਵੀ ਇਸ ਤਰ੍ਹਾਂ ਕਰੋ, ਤੁਸੀਂ ਟੋਭੇ ਦੀ ਮਿੱਟੀ ਲੈ ਲਓ, ਉਹਦੀਆਂ ਹੈ ਨਾ ਟਿੱਕੀਆਂ ਬਣਾ ਕੇ ਆਪਣੀਆਂ ਅੱਖਾਂ 'ਤੇ ਰੱਖੋ। ਕਹਿੰਦੇ ਮੈਂ ਹੈ ਨਾ ਜਦ ਲੰਮੇ ਪੈਣਾ, ਉਹ ਜਿਹੜੀ ਟੋਭੇ ਦੀ ਮਿੱਟੀ ਗਿੱਲੀ ਸੀਗੀ ਉਹਦੀਆਂ ਹੈ ਨਾ ਟਿੱਕੀਆਂ ਬਣਾ ਕੇ ਅੱਖਾਂ ਦੇ ਉੱਤੇ ਰੱਖਣੀਆਂ। ਬਸ ਕਹਿੰਦੇ ਕੀ ਦੇਖਿਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਜਿਹੜੀ ਸੀ ਮੇਰੀ ਅੱਖਾਂ ਦੀ ਲਾਲੀ ਸਾਰੀ ਉਹ ਚਲੇ ਗਈ ਸੀ, ਅਤੇ ਅੱਖਾਂ ਅੱਜ ਤੱਕ ਮੇਰੀਆਂ ਨਹੀਂ ਦੁਖੀਆਂ ਹੈਗੀਆਂ। ਇਸ ਤਰ੍ਹਾਂ ਨਾ ਇੱਕ ਭਾਈ ਸਾਹਿਬ ਭਾਈ ਦਲੀਪ ਸਿੰਘ ਜੀ ਹੁੰਦੇ ਸੀਗੇ, ਉਹ ਵੀ ਦੱਸਦੇ ਸੀ ਕਹਿੰਦੇ ਵੀ ਮੇਰੀ ਕਮਰ ਜਿਹੜੀ ਸੀ ਨਾ ਇਹ ਬੜੀ ਦੁਖਦੀ ਹੁੰਦੀ ਸੀਗੀ, ਇਹਦਾ ਇਲਾਜ ਨਹੀਂ ਸੀ ਹੁੰਦਾ, ਤਾਂ ਮੈਂ ਕਹਿੰਦੇ ਹੋਸਪਿਟਲ ਗਿਆ ਸੀਗਾ। ਜਦ ਹੋਸਪਿਟਲ ਗਿਆ ਤਾਂ ਡਾਕਟਰ ਨੇ ਕਹਿ ਦਿੱਤਾ ਹੈਗਾ ਕਿ ਤੇਰੀ ਜਿਹੜੀ ਨਾ ਡਿਸਕ ਆ ਹਿੱਲ ਗਈ ਆ, ਅਤੇ ਅਸੀਂ ਤੇਰੀ ਡਿਸਕ ਜਿਹੜੀ ਹੈ ਨਾ ਬੰਨ ਕੇ ਸਾਰਾ 2 ਮਹੀਨੇ ਸਿੱਧਾ ਲਟਾ ਕੇ ਫਿਰ ਤੇਰਾ ਅਸੀਂ ਇਸ ਵਿਧੀ ਦੇ ਨਾਲ ਇਲਾਜ ਕਰਾਂਗੇ, ਫਿਰ ਤੇਰੀ ਕਮਰ ਜਿਹੜੀ ਠੀਕ ਹੋਊਗੀ। ਪਰ ਕਹਿੰਦੇ ਜਦੋਂ ਅਸੀਂ ਮਹਾਂਪੁਰਖਾਂ ਦੇ ਕੋਲ ਗਏ ਸੀ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਤਾਂ ਮਹਾਂਪੁਰਖਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਰੋਜ਼ 1 ਗਲਾਸ ਜਿੰਨਾ ਤੁਸੀਂ ਦੁੱਧ ਪੀ ਸਕਦੇ ਹਾਂ ਉਸ ਨੂੰ ਗਰਮ ਕਰਕੇ ਅਤੇ ਫਿਰ ਉਸਨੂੰ ਠੰਡਾ ਕਰਕੇ ਹੈ ਨਾ 3 ਮਹੀਨੇ ਇਸ ਤਰ੍ਹਾਂ ਪੀਣਾ। ਕਹਿੰਦੇ ਅਸੀਂ ਰੋਜ਼ ਜਿਹੜਾ ਹੈ ਨਾ ਦੁੱਧ ਗਰਮ ਕਰਨਾ, ਗਰਮ ਕਰਨ ਤੋਂ ਬਾਅਦ ਫਿਰ ਠੰਡਾ ਕਰਨਾ, ਠੰਡਾ ਕਰਕੇ ਕਹਿੰਦੇ ਅਸੀਂ 3 ਮਹੀਨੇ ਪੀਤਾ, ਅਤੇ ਉਸ ਤੋਂ ਬਾਅਦ ਜਿਹੜਾ ਸੀਗਾ ਨਾ ਮੇਰੇ ਜਿਹੜਾ ਲੱਕ ਦਾ ਦਰਦ ਸੀਗਾ ਕਮਰ ਦਾ ਉਹ ਬਿਲਕੁਲ ਕਹਿੰਦੇ ਠੀਕ ਹੋ ਗਿਆ ਸੀਗਾ। ਇਸ ਤਰ੍ਹਾਂ ਨਾ ਇੱਕ ਤੱਪਾ ਮੰਡੀ ਦੇ ਹੋਏ ਭਾਈ ਮੇਹਰ ਸਿੰਘ ਜੀ, ਉਹ ਵੀ ਦੱਸਦੇ ਸੀ ਕਹਿੰਦੇ ਵੀ ਸਾਡੇ ਘਰ ਹੈ ਨਾ ਮਤਲਬ ਦੁੱਧ ਦੀ ਕਮੀ ਸੀ, ਤਾਂ ਅਸੀਂ ਮਹਾਂਪੁਰਖ ਨੂੰ ਇੱਕ ਵਾਰੀ ਹੈ ਨਾ ਲੰਗਰ ਵਾਸਤੇ ਆਪਣੇ ਘਰ ਦੇ ਵਿੱਚ ਬੁਲਾਇਆ ਸੀਗਾ ਕਿ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ, ਨਾਲ ਜਿੰਨੀ ਸੰਗਤ ਉਹਨੂੰ ਵੀ ਛਕਾਵਾਂਗੇ। ਪਰ ਕਹਿੰਦੇ ਜਦੋਂ ਅਸੀਂ ਪ੍ਰਸ਼ਾਦਾ ਤਿਆਰ ਕੀਤਾ, ਕਿਉਂਕਿ ਸਾਡੇ ਏਰੀਏ ਦੇ ਵਿੱਚ ਨਾ ਦੁੱਧ ਦੀ ਬੜੀ ਕਮੀ ਸੀ, ਇਸ ਕਰਕੇ ਅਸੀਂ ਖੀਰ ਓਨੀ ਕੁ ਬਣਾਈ ਆ ਜਿੰਨੀ ਕੁ ਜਾਣੀ ਕਿ ਦੁੱਧ ਉਹਦੇ ਵਿੱਚ ਪੈ ਸਕਦਾ ਸੀਗਾ। ਪਰ ਜਦੋਂ ਕਿੰਨੇ ਮਹਾਂਪੁਰਖ ਆਏ ਆ ਸਾਡੇ ਘਰ ਸਤਸੰਗ ਕੀਤਾ, ਗੁਰੂ ਘਰ ਦੇ ਬਚਨ ਜਿਹੜੇ ਸੀ ਉਹ ਸਰਵਣ ਕਰਾਏ ਮਹਾਂਪੁਰਖਾਂ ਨੇ, ਉਸ ਤੋਂ ਬਾਅਦ ਮਹਾਂਪੁਰਖ ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਹੁਣ ਤੁਸੀਂ ਸਾਰੇ ਹੈ ਨਾ ਸੰਗਤ ਨੂੰ ਲੰਗਰ ਛਕਾ ਦਿਓ। ਜਦੋਂ ਕਹਿੰਦੇ ਅਸੀਂ ਲੰਗਰ ਛਕਾਉਣ ਲੱਗੇ ਤਾਂ ਅਸੀਂ ਦੇਖਿਆ ਸੰਗਤ ਜ਼ਿਆਦਾ ਹੈਗੀ ਆ, ਖੀਰ ਘੱਟ ਹੈਗੀ ਆ। ਪਰ ਜਦੋਂ ਕਹਿੰਦੇ ਅਸੀਂ ਖੀਰ ਵਰਤਾਉਣ ਲੱਗੇ ਤਾਂ ਅਸੀਂ ਹੈ ਨਾ ਮਨ ਹੀ ਮਨ ਕੰਜੂਸੀ ਕਰ ਲਈ, ਤਾਂ ਮਹਾਂਪੁਰਖਾਂ ਦਾ ਬਚਨ ਹੋਇਆ ਭਾਈ ਕਹਿੰਦੇ ਇਸ ਤਰ੍ਹਾਂ ਨਹੀਂ, ਇੱਕ ਪੂਰਾ ਹੈ ਨਾ ਜੱਗ ਭਰ ਕੇ ਸੰਗਤ ਨੂੰ ਖੀਰ ਦਾ ਇਕੱਲੇ ਇਕੱਲੇ ਨੂੰ ਤੁਸੀਂ ਹੁੰਦਾ ਇਹ ਬਖਸ਼ੋ। ਕਹਿੰਦੇ ਅਸੀਂ ਇੱਕ ਇੱਕ ਜੱਗ ਭਰ ਕੇ ਜਿਹੜਾ ਸੀ ਉਹ ਖੀਰ ਦਾ ਸੰਗਤ ਨੂੰ ਵਰਤਾਉਣ ਲੱਗ ਪਏ, ਪਰ ਅੰਦਰੋਂ ਬੜੇ ਡਰੇ ਕਿ ਖੀਰ ਤਾਂ ਥੋੜ੍ਹੀ ਹੈ, ਖੀਰ ਤਾਂ ਮੁੱਕ ਜਾਣੀ ਆ। ਪਰ ਕੁਦਰਤੀ ਕਹਿੰਦੇ ਮਹਾਂਪੁਰਖ ਅੰਦਰੋਂ ਬੋਲ ਪਏ, ਕਹਿੰਦੇ ਭਾਈ ਇੱਕ ਜੱਗ ਨਹੀਂ 2-2 ਜੱਗ ਖੀਰ ਦੇ ਤੁਸੀਂ ਸਾਰੀ ਸੰਗਤ ਨੂੰ ਛਕਾਵੋ। ਕਹਿੰਦੇ ਅਸੀਂ ਹੋਰ ਵੀ ਹੈਰਾਨ ਹੋ ਗਏ, ਫਿਰ ਕਹਿੰਦੇ ਅਸੀਂ 2-2 ਜੱਗ ਕਰ ਦਿੱਤੇ। ਪਰ ਫਿਰ ਮਹਾਂਪੁਰਖ ਅੰਦਰੋਂ ਤੀਸਰੀ ਵਾਰੀ ਬੋਲੇ, ਕਹਿੰਦੇ ਵੀ ਢੋਲ ਵਾਲੇ ਨੂੰ ਜਾ ਕੇ ਨਾ ਸ਼ਹਿਰ 'ਚ ਮਰਿਆਦੀ ਕਰਾਵੋ ਵੀ ਜਿੰਨੀ ਵੀ ਸੰਗਤ ਜਿਹੜੀ ਹੈ ਨਾ ਉਹ ਲੰਗਰ ਛਕਣਾ ਚਾਹੇ, ਗੁਰੂ ਨਾਨਕ ਸਾਹਿਬ ਦਾ ਲੰਗਰ ਚੱਲਦਾ ਹੈਗਾ, ਤੁਸੀਂ ਇਹ 'ਚ ਲੰਗਰ ਛਕਦੇ ਆ। ਕਹਿੰਦੇ ਬਸ ਇਸ ਤਰ੍ਹਾਂ ਹੋਈ ਸੀ, ਕਹਿੰਦੇ ਜਿਹੜੇ ਹੋਰ ਵੀ ਪ੍ਰੇਮੀ ਸੀ ਉਹ ਵੀ ਲੰਗਰ ਛਕਣ ਆਏ, ਪਰ ਕਮਾਲ ਦੀ ਗੱਲ ਇਹ ਸੀ ਜਿਹੜੀ ਖੀਰ ਸੀਗੀ ਹੈ ਨਾ ਕਹਿੰਦੇ ਉਹ ਨਹੀਂ ਸੀ ਖਤਮ ਹੋਈ, ਨਾ ਲੰਗਰ ਜਿਹੜਾ ਸੀਗਾ ਉਹ ਜਿਹੜਾ ਸੀਗਾ ਉਹ ਇਸ ਤਰ੍ਹਾਂ ਲੰਗਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਟੋਟ ਨਹੀਂ ਆਈ, ਹਰੇਕ ਚੀਜ਼ ਜਿਹੜੀ ਸੀ ਕਹਿੰਦੇ ਵਾਧੇ ਵਿੱਚ ਹੀ ਰਹੀ। ਇਹ ਵੀ ਕਹਿੰਦੇ ਇੱਕ ਜਿਹੜੀ ਸੀ ਨਾ ਅਜਬ ਕ੍ਰਿਸ਼ਮਾ ਜਿਹੜਾ ਸੀ ਅਸੀਂ ਕਹਿੰਦੇ ਇਸ ਤਰ੍ਹਾਂ ਕਹਿੰਦੇ ਦੇਖਿਆ ਸੀਗਾ।
ਇਸੇ ਤਰ੍ਹਾਂ ਮਹਾਂਪੁਰਖਾਂ ਦੇ ਹੈ ਨਾ ਮਨ ਦੇ ਵਿੱਚ ਕਦੇ ਵਿਚਾਰ ਆਏ ਕਿ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਸੀ ਹੈ ਨਾ ਉਸ ਟਾਈਮ ਹਰੇਕ ਘਰਾਂ ਦੇ ਵਿੱਚ, ਕਿਉਂਕਿ ਪਸ਼ੂ ਜਿਹੜੇ ਹੁੰਦੇ ਸੀ ਉਸ ਟਾਈਮ ਘਰਾਂ ਦੇ ਵਿੱਚ ਰੱਖੇ ਜਾਂਦੇ ਸੀ, ਅਤੇ ਪਰ ਉਹਨਾਂ ਦੇ ਪਾਣੀ ਪਿਲਾਉਣ ਦੇ ਜਿਹੜੇ ਸਾਧਨ ਸੀ ਨਾ ਬਹੁਤ ਘੱਟ ਹੁੰਦੇ ਸੀ। ਮਹਾਂਪੁਰਖਾਂ ਦੇ ਮਨ ਵਿੱਚ ਆਈ ਵੀ ਚਲੋ ਹੋਵੇ ਨਾ ਇੱਥੇ ਇੱਕ ਖਾਲ ਬਣਾਈਏ ਪਸ਼ੂਆਂ ਵਾਸਤੇ, ਪਰ ਹੁਣ ਖਾਲ ਵਾਸਤੇ ਜ਼ਮੀਨ ਚਾਹੀਦੀ ਸੀ। ਜਿੱਦਣ ਵੀ ਮਹਾਂਪੁਰਖਾਂ ਨੇ ਪੁੱਛਿਆ ਕਹਿੰਦੇ ਵੀ ਆਹ ਜਿਹੜੀ ਹੈ ਨਾ ਜ਼ਮੀਨ ਹੈਗੀ ਕਿਹਦੀ ਹੈ, ਸੰਗਤ ਨੇ ਕਿਹਾ ਕਿ ਜੀ ਇਹ ਬਾਬੂ ਸਿੰਘ ਦੀ ਜਿਹੜੀ ਜ਼ਮੀਨ ਹੈਗੀ ਆ। ਸੰਤ ਕਹਿੰਦੇ ਚਲੋ ਉਹਨਾਂ ਨੂੰ ਤੁਸੀਂ ਬੁਲਾ ਕੇ ਲੈ ਕੇ ਆਓ। ਜਦੋਂ ਕਹਿੰਦੇ ਬਾਬੂ ਸਿੰਘ ਨੂੰ ਬੁਲਾਉਣਗੇ, ਬਾਬੂ ਸਿੰਘ ਨਹੀਂ ਆਇਆ। ਮਹਾਂਪੁਰਖਾਂ ਨੇ ਕੁਛ ਪ੍ਰੇਮੀ ਭੇਜੇ, ਉਹਨੂੰ ਕਹਿਤਾ ਵੀ ਭਾਈ ਇਹ ਜ਼ਮੀਨ ਜਿਹੜੀ ਹੈ ਤੁਸੀਂ ਇਸ ਤਰ੍ਹਾਂ ਕਰੋ ਵੀ ਇੱਥੇ ਅਸੀਂ ਖਾਲ ਬਣਾਉਣਾ, ਤੁਸੀਂ ਖਾਲ ਵਾਸਤੇ ਸਾਨੂੰ ਦੇ ਦਿਓ ਜਿੰਨੇ ਪੈਸੇ, ਜੇ ਪੈਸੇ ਜਿੰਨੇ ਚਾਹੀਦੇ ਆ ਪੈਸੇ ਮੰਗ ਲਓ, ਜੇ ਜ਼ਮੀਨ ਦੇ ਵੱਟੇ ਜ਼ਮੀਨ ਚਾਹੀਦੀ ਹੈ ਜ਼ਮੀਨ ਲੈ ਲਓ, ਜੋ ਵੀ ਤੁਸੀਂ ਕਹੋਗੇ ਅਸੀਂ ਤੁਹਾਨੂੰ ਦੇ ਦਿਆਂਗੇ। ਪਰ ਜਦੋਂ ਬਾਬੂ ਸਿੰਘ ਜਿਹੜਾ ਸੀ ਹੈ ਨਾ ਕਹਿੰਦੇ ਉਹਨੇ ਜ਼ਮੀਨ ਦੇਣ ਤੋਂ ਨਾ ਕਰ ਦਿੱਤੀ, ਜਾਂ ਜ਼ਮੀਨ ਦੇ ਤੋਂ ਨਾ ਕਰ ਦਿੱਤੀ, ਤਾਂ ਉਹਨੇ ਕਹਿਤਾ ਕਿ ਮੈਂ ਬਿਲਕੁਲ ਜ਼ਮੀਨ ਆਪਣੀ ਵੇਚਣੀ ਨਹੀਂ ਹੈ, ਅਤੇ ਜਦ ਵੇਚਣੀ ਨਹੀਂ ਫਿਰ ਤਾਂ ਕੋਈ ਗੱਲ ਹੀ ਨਹੀਂ ਹੈ। ਖੈਰ ਮਹਾਂਪੁਰਖਾਂ ਨੂੰ ਜਦੋਂ ਸੰਗਤ ਨੇ ਆ ਕੇ ਦੱਸਿਆ ਜੀ ਉਹ ਤਾਂ ਕਹਿੰਦਾ ਮੈਂ ਜ਼ਮੀਨ ਨਹੀਂ ਵੇਚਣੀ, ਤਾਂ ਮਹਾਂਪੁਰਖ ਕਹਿਣ ਲੱਗੇ ਚਲੋ ਭਾਈ ਠੀਕ ਹੈ, ਜਿਵੇਂ ਵਾਹਿਗੁਰੂ ਦਾ ਹੁਕਮ ਹੈ ਉਸ ਤਰ੍ਹਾਂ ਹੋ ਕੇ ਰਹੇਗਾ। ਪਰ ਜਦੋਂ ਦੂਸਰੇ ਤੀਸਰੇ ਦਿਨ ਕੀ ਹੋਇਆ, ਬਾਬੂ ਸਿੰਘ ਆਪਣੀ ਜ਼ਮੀਨ ਦੇ ਉੱਤੇ ਜਦੋਂ ਖੇਤਾਂ ਦੇ ਵਿੱਚ ਹੈ ਨਾ ਗੇੜਾ ਲਾਉਣ ਆਇਆ, ਅਤੇ ਕੁਦਰਤੀ ਹੈ ਨਾ ਮਹਾਂਪੁਰਖ ਉਹਨਾਂ ਨੂੰ ਟੱਕਰ ਪਏ, ਜਾਂ ਟੱਕਰ ਪਏ ਉਹਨੂੰ ਕਹਿਣ ਲੱਗੇ ਕਹਿੰਦੇ ਭਾਈ ਵੀ ਆਹ ਜਿਹੜੀ ਜ਼ਮੀਨ ਤੇਰੀ ਆ ਇਹ ਤਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਹੈ ਨਾ ਇੱਕ ਤਾਂ ਖਾਲ ਦੇ ਨਾਂ ਲੱਗ ਚੁੱਕੀ ਆ, ਬਾਕੀ ਤੇਰੀ ਮਰਜ਼ੀ ਆ। ਪਰ ਕਹਿੰਦੇ ਬਾਬੂ ਸਿੰਘ ਕੁਛ ਨਹੀਂ ਬੋਲਿਆ, ਉਹ ਸੰਤਾਂ ਨੂੰ ਕਹਿਣ ਲੱਗਾ ਜਦ ਮੈਂ ਜ਼ਮੀਨ ਵੇਚਣੀ ਨਹੀਂ ਤਾਂ ਫਿਰ ਤੁਸੀਂ ਮੇਰੇ ਖਿਹੜੇ ਕਾਹਤੇ ਪਏ ਆ। ਮਹਾਂਪੁਰਖ ਚੁੱਪ ਕਰ ਗਏ। ਪਰ ਜਦ ਰਾਤ ਹੋਈ, ਜਦੋਂ ਬਾਬੂ ਸਿੰਘ ਘਰ ਗਿਆ, ਜਦ ਰਾਤ ਹੋਈ ਹੈ ਨਾ ਬਾਬੂ ਸਿੰਘ ਜੀ ਦੇ ਕਹਿੰਦੇ ਬੜੀ ਦਰਦ ਉੱਠੀ ਉਸ ਟਾਈਮ, ਜਦ ਦਰਦ ਉੱਠੀ ਉਹ ਦਰਦ ਇੰਨੀ ਜ਼ਿਆਦਾ ਸੀਗੀ ਕਿ ਉਹਦੇ ਹੱਥਾਂ ਪੈਰਾਂ ਦੀ ਪੈ ਗਈ, ਜਦ ਹੱਥਾਂ ਪੈਰਾਂ ਦੀ ਪੈ ਗਈ ਦਰਦ ਕਿਸੇ ਤਰ੍ਹਾਂ ਆਰਾਮ ਨਹੀਂ ਆਇਆ। ਉਸੇ ਟਾਈਮ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਇਹ ਸਾਰਾ ਜਿਹੜਾ ਖੇਡ ਆ ਇਹ ਮਹਾਂਪੁਰਖਾਂ ਦੇ ਕਰਕੇ ਹੋਇਆ ਹੈਗਾ। ਪਰ ਫਿਰ ਬਾਬੂ ਸਿੰਘ ਕਹਿੰਦੇ ਵੀ ਬੰਦਾ ਮਰਦਾ ਕੀ ਨਾ ਕਰਦਾ, ਉਹ ਘਰਦਿਆਂ ਨੂੰ ਕਹਿਣ ਲੱਗਾ ਕਿ ਮੇਰੀ ਜਾਨ ਨਿਕਲਦੀ ਜਾਂਦੀ ਆ, ਅਤੇ ਮੈਨੂੰ ਪਤਾ ਹੈਗਾ ਕਿ ਮੇਰੀ ਜ਼ਮੀਨ ਦੀ ਨਾਂਹ ਕਰਨ ਦੇ ਉੱਤੇ ਹੀ ਇਹ ਸਾਰਾ ਜਿਹੜਾ ਖੇਡ ਵਰਤਿਆ ਗਿਆ ਹੈਗਾ। ਉਹ ਕਹਿਣ ਲੱਗਾ ਕਿ ਮੈਨੂੰ ਇਸ ਤਰ੍ਹਾਂ ਕਰੋ ਵੀ ਹੁਣੇ ਹੈ ਨਾ ਤੁਸੀਂ ਮੈਨੂੰ ਸੰਤਾਂ ਦੇ ਕੋਲ ਲੈ ਜਾਓ। ਫਿਰ ਉਹਨਾਂ ਦੇ ਘਰ ਦੇ ਜਿਹੜੇ ਸੀ ਉਹ ਬਾਬੂ ਸਿੰਘ ਨੂੰ ਚੱਕ ਕੇ ਸੰਤਾਂ ਦੇ ਕੋਲ ਲੈ ਗਏ, ਜਾਂ ਸੰਤਾਂ ਦੇ ਕੋਲ ਲੈ ਗਏ, ਅਤੇ ਸੰਤ ਜਿਹੜੇ ਮਹਾਂਪੁਰਖ ਸੀ ਉਹ ਕਿਰਪਾ ਦ੍ਰਿਸ਼ਟੀ ਦੇ ਵਿੱਚ ਆਏ ਅਤੇ ਕਹਿਣ ਲੱਗੇ ਕਹਿੰਦੇ ਭਾਈ ਇਸ ਨੂੰ ਖੂਹ 'ਤੇ ਇਸ਼ਨਾਨ ਕਰਾ ਦਿਓ। ਜਦੋਂ ਕਹਿੰਦੇ ਉਹਨੂੰ ਖੂਹ 'ਤੇ ਇਸ਼ਨਾਨ ਕਰਾਇਆ ਅਤੇ ਉਹ ਨਾਲ ਹੀ ਕਹਿਣ ਲੱਗਾ ਕਹਿੰਦਾ ਜੀ ਤੁਸੀਂ ਇਸ ਤਰ੍ਹਾਂ ਕਰੋ, ਜਿੰਨੀ ਵੀ ਜ਼ਮੀਨ ਆ ਹੈ ਨਾ ਜਿੰਨੀ ਤੁਹਾਨੂੰ ਚਾਹੀਦੀ ਆ ਪਸ਼ੂਆਂ ਦੇ ਖਾਲ ਪਾਣੀ ਦਾ ਜਿਹੜਾ ਹੈਗਾ ਉਹ ਪੀਣ ਵਾਸਤੇ ਮੈਂ ਤੁਹਾਨੂੰ ਦੇ ਦਿੰਦਾ ਹੈਗਾ। ਅਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਕਹਿੰਦੇ ਭਾਈ ਦੇਖ ਲੈ ਤੇਰੀ ਮਰਜ਼ੀ ਆ। ਕਹਿੰਦੇ ਨਹੀਂ ਜੀ ਜਿਵੇਂ ਤੁਸੀਂ ਕਹੋ, ਤੁਸੀਂ ਭਾਵੇਂ ਹੁਣੇ ਹੀ ਮੇਰੇ ਤੋਂ ਸੈਨ ਕਰਾ ਲਓ। ਜਦ ਉਹਦੇ ਇੰਨੀ ਕਹਿਣ ਦੀ ਡੇਰ ਸੀ ਕਹਿੰਦੇ ਉਸੇ ਟਾਈਮ ਹੀ ਵਾਹਿਗੁਰੂ ਵੱਲੋਂ ਇੱਕ ਜਿਹੜਾ ਪਟਵਾਰੀ ਇਲਾਕੇ ਦਾ ਸੀਗਾ ਮਹਾਂਪੁਰਖ ਦੇ ਦਰਸ਼ਨਾਂ ਨਹੀਂ ਆਏ ਤਾਂ ਉਹ ਵੀ ਉੱਥੇ ਹਾਜ਼ਰ ਹੋ ਗਿਆ। ਅਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਕਹਿੰਦੇ ਲਓ ਪਟਵਾਰੀ ਸਾਹਿਬ ਆ ਗਏ, ਤੁਸੀਂ ਹੁਣ ਇਸ ਤਰ੍ਹਾਂ ਕਰੋ ਵੀ ਜੇ ਕਾਗਜ਼ ਹੈਗਾ ਤਾਂ ਤੂੰ ਸੈਨ ਕਰਾ ਲਓ। ਕਹਿੰਦੇ ਪਟਵਾਰੀ ਨੇ ਉਸੇ ਟਾਈਮ ਹੈ ਨਾ ਬਾਬੂ ਸਿੰਘ ਤੋਂ ਸੈਨ ਕਰਾ ਲਏ, ਅਤੇ ਉਹ ਜਿੰਨੀ ਖਾਲ ਲੈ ਵਾਸਤੇ ਜ਼ਮੀਨ ਚਾਹੀਦੀ ਸੀ ਨਾ ਉਹ ਲੈ ਲਈ ਸੀਗੀ ਸੰਤਾਂ ਨੇ। ਅਤੇ ਪਰ ਜੋ ਸੰਤਾਂ ਨੇ ਜ਼ਮੀਨ ਲੈ ਲਈ ਬਸ ਫਿਰ ਕੀ ਸੀ, ਫਿਰ ਉਹ ਜਿਹੜਾ ਉਹਦੇ ਵਾਸਤੇ ਫਿਰ ਪਸ਼ੂਆਂ ਵਾਸਤੇ ਖਾਲ ਬਣਾਇਆ ਗਿਆ ਸੀਗਾ। ਪਰ ਇੱਕ ਦਿਨ ਜਦੋਂ ਹੁਣ ਸੰਤ ਮਹਾਂਪੁਰਖ ਬਾਬੂ ਸਿੰਘ ਦੀ ਖੂਹ 'ਤੇ ਗਏ, ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਭਾਈ ਜੇ ਹੁਕਮ ਹੋਵੇ ਤਾਂ ਮੈਂ ਤੁਹਾਡੀ ਖੂਹ 'ਤੇ ਇਸ਼ਨਾਨ ਕਰ ਲਵਾਂ। ਅਤੇ ਮਹਾਂਪੁਰਖ ਦੇ ਕਹਿਣ ਦੀ ਡੇਰ ਸੀ ਤਾਂ ਉਹ ਬਾਬੂ ਸਿੰਘ ਕਹਿਣ ਲੱਗਾ ਕਹਿੰਦਾ ਜੀ ਦੇਖੋ ਜਿਵੇਂ ਤੁਹਾਡੀ ਮਰਜ਼ੀ ਆ। ਹੁਣ ਮਹਾਂਪੁਰਖ ਇੱਦਾਂ ਕਿਸੇ ਦੇ ਖੂਹ 'ਤੇ ਵੀ ਇਸ਼ਨਾਨ ਨਹੀਂ ਸੀ ਕਰਦੇ ਹੁੰਦੇ, ਪਰ ਉਹ ਦਿਨ ਬਾਬੂ ਸਿੰਘ ਦੇ ਖੂਹ 'ਤੇ ਉੱਤੇ ਸੰਤਾਂ ਨੇ ਇਸ਼ਨਾਨ ਕੀਤਾ। ਕਹਿੰਦੇ ਇਸ਼ਨਾਨ ਕਾਹਦਾ ਕੀਤਾ, ਉਹ ਜਿਹੜਾ ਜਲ ਸੀਗਾ ਨਾ ਇਸ਼ਨਾਨ ਕਰਨ ਦੇ ਨਾਲ ਜਦੋਂ ਖੇਤਾਂ 'ਚ ਗਿਆ ਕਹਿੰਦੇ ਇੰਨੀ ਫਸਲ ਹੋਈ, ਇੰਨੀ ਫਸਲ ਹੋਈ ਹੈ ਨਾ ਬਾਬੂ ਸਿੰਘ ਦੇ ਜਿੰਨੇ ਵੀ ਅਲਾਂਬੇ ਸੀਗੇ ਗਰੀਬੀ ਦੇ ਸਾਰੇ ਦੂਰ ਹੋ ਗਏ। ਇਹ ਜਿਹੜੀ ਸੀ ਪ੍ਰਤੱਖ ਕਰਾਮਾਤ ਜਿਹੜੀ ਸੀ ਨਾ ਉਹ ਬਾਬੂ ਸਿੰਘ ਦੇ ਨਾਲ ਹੋਈ ਸੀਗੀ। ਅਤੇ ਇਸ ਤਰ੍ਹਾਂ ਹੈ ਨਾ ਸੰਤ ਇੱਕ ਵਾਰੀ ਮਹਾਂਪੁਰਖ ਜਾਂਦੇ ਸੀਗੇ, ਇੱਕ ਮੰਗੂ ਰਾਮ ਸੀਗਾ ਜਿਹੜਾ ਨਾ ਕਿਤੇ ਘਾਹ ਖੋਦਦਾ ਸੀਗਾ, ਬਜ਼ੁਰਗ ਆਦਮੀ ਸੀਗਾ। ਜਦੋਂ ਮਹਾਂਪੁਰਖ ਉਹਦੇ ਕੋਲ ਦੀ ਲੰਘੇ ਅਤੇ ਸੰਤਾਂ ਦੀ ਨਿਗਾਹ ਉਸ ਮੰਗੂ ਰਾਮ 'ਤੇ ਪੈ ਗਈ, ਜਦ ਦੇਖਿਆ ਤਾਂ ਮੰਗੂ ਰਾਮ ਨਾ ਬੜਾ ਮੁੜਕੋ ਮੁੜਕੀ ਹੋਇਆ ਘਾਹ ਖੋਤ ਰਿਹਾ ਸੀਗਾ। ਮਹਾਂਪੁਰਖ ਉਹਨੂੰ ਕਹਿਣ ਲੱਗੇ ਕਹਿੰਦੇ ਭਾਈ ਇੱਦਾਂ ਕਰ, ਅਰੰਬਾ ਸਾਨੂੰ ਦੇ ਦੇ ਅਸੀਂ ਤੇਰਾ ਘਾਹ ਖੋਦ ਦਿੰਦੇ ਹਾਂ। ਅਤੇ ਮੰਗੂ ਰਾਮ ਨੇ ਵੀ ਨਹੀਂ ਦੇਖਿਆ, ਉਹਨੇ ਉਸ ਟਾਈਮ ਰੰਬਾ ਫੜਾ ਦਿੱਤਾ, ਮਹਾਂਪੁਰਖਾਂ ਨੇ ਘਾਹ ਦੀ ਪੰਡ ਖੋਦ ਕੇ ਜਿਹੜੀ ਸੀ ਉਹਨੂੰ ਬੰਨ੍ਹ ਦਿੱਤੀ, ਅਤੇ ਆਪ ਜਿਹੜੇ ਮੰਗੂ ਰਾਮ ਨੂੰ ਚੁਕਾਉਣ ਦੀ ਜਗ੍ਹਾ ਆਪਣੇ ਸਿਰ 'ਤੇ ਚੱਕ ਲਈ
ਤਾਂ ਨਾਲ ਹੀ ਕਹਿਣ ਲੱਗੇ, ਕਹਿੰਦੇ ਭਾਈ ਵੀ ਅਸੀਂ ਤੇਰੀ ਪੰਡ ਹੈ ਨਾ ਤੇਰੇ ਘਰ ਸੁੱਟ ਆਉਂਦੇ ਹਾਂ। ਉਹ ਮੰਗੂ ਰਾਮ ਅੱਗੇ ਗਿਆ ਅਤੇ ਮਹਾਂਪੁਰਖ ਪੰਡ ਲੈ ਕੇ ਪਿੱਛੇ ਪਿੱਛੇ ਜਾਈ ਜਾਣ। ਜਦ ਉਹਦੇ ਘਰ ਗਏ ਤਾਂ ਉੱਥੇ ਜਾ ਕੇ ਜਦ ਘਰ ਪੰਡ ਮਹਾਂਪੁਰਖ ਨੇ ਸਿੱਟੀ ਸੀਗੀ, ਤਾਂ ਫਿਰ ਮਹਾਂਪੁਰਖ ਪੰਡ ਸੁੱਟ ਕੇ ਹੈ ਨਾ, ਜਦੋਂ ਉਹਨ ਮੰਗੂ ਰਾਮ ਨੂੰ ਕਹਿਣ ਲੱਗੇ ਕਿ ਇੱਥੇ ਕਿਸੇ ਹੋਰ ਦਾ ਘਰ ਵਾ, ਇੱਕ ਪ੍ਰੇਮੀ ਦਾ, ਅਸੀਂ ਉਹਦੇ ਕੋਲ ਜਾਣਾ ਹੈਗਾ। ਜਦ ਇਹ ਗੱਲ ਹੋਈ ਤਾਂ ਉਹ ਮੰਗੂ ਰਾਮ ਕਹਿਣ ਲੱਗਾ, ਕਹਿੰਦਾ ਜੀ ਉਹ ਤਾਂ ਘਰ ਇੱਥੇ ਹੀ ਆ। ਮਹਾਂਪੁਰਖ ਉਹ ਜਿਹੜੇ ਪ੍ਰੇਮੀਆਂ ਨੇ ਜੋ ਸੰਤਾਂ ਨੂੰ ਵੀ ਦੇਖ ਲਿਆ, ਤਾਂ ਜਦ ਦੇਖ ਲਿਆ ਉਹ ਸੰਤਾਂ ਨੂੰ ਦੇਖ ਕੇ ਨੇ ਨਿਹਾਲ ਹੋਏ, ਅਤੇ ਮੰਗੂ ਰਾਮ ਨੂੰ ਕਹਿਣ ਲੱਗੇ ਕਿ ਮਹਾਂਪੁਰਖ ਤਾਂ ਸਾਡੇ ਘਰ ਆਏ ਆ। ਜਦ ਇਹ ਗੱਲ ਹੋਈ ਤਾਂ ਮੰਗੂ ਰਾਮ ਜਿਹੜਾ ਸੀ ਉਹ ਹੈਰਾਨ ਹੋ ਗਿਆ, ਕਹਿੰਦਾ ਇਹੋ ਹੀ ਕਹਿੰਦਾ ਮਹਾਂਪੁਰਖ ਉੱਤਰਦੇਵ ਜੀ ਜਿਨ੍ਹਾਂ ਬਾਰੇ ਕਹਿੰਦਾ ਮੈਂ ਇਹ ਸਾਰੀਆਂ ਗੱਲਾਂ ਤੁਸੀਂ ਮੈਨੂੰ ਸੁਣਾਉਂਦੇ ਹੁੰਦੇ ਸੀ। ਕਹਿੰਦਾ ਇਹ ਨਹੀਂ ਤਾਂ ਮੇਰੀ ਆਪ ਪੰਡ ਖੋਤੀ ਆ, ਖੋਤ ਕੇ ਸਿਰ 'ਤੇ ਚੱਕ ਕੇ ਆਪ ਘਰ ਸੁੱਟ ਦਿੱਤੀ ਆ। ਕਹਿੰਦੇ ਮੇਰੇ ਵਰਗਾ ਪਾਪੀ ਕਿਹੜਾ ਜਿਹੜਾ ਮਹਾਂਪੁਰਖਾਂ ਤੋਂ ਇਹ ਸਾਰਾ ਕੰਮ ਕਰਾ ਗਿਆ ਹੈ। ਪਰ ਜਦੋਂ ਉਹਨੇ ਮਹਾਂਪੁਰਖਾਂ ਦੇ ਪੈਰਾਂ 'ਤੇ ਡਿੱਗ ਕੇ ਨਾ ਮਾਫ਼ੀ ਮੰਗਣ ਦੀ ਕੋਸ਼ਿਸ਼ ਕੀਤੀ, ਤਾਂ ਮਹਾਂਪੁਰਖ ਆਖਣ ਲੱਗੇ, ਕਹਿੰਦੇ ਨਹੀਂ ਭਾਈ, ਤੁਸੀਂ ਰੱਬ ਦੇ ਪਿਆਰੇ ਹੋ, ਕਹਿੰਦੇ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਸਾਨੂੰ ਤੁਹਾਡੇ 'ਤੇ ਤਰਸ ਆ ਗਿਆ, ਤਾਂ ਅਸੀਂ ਤੁਹਾਡੀ ਜਿਹੜੀ ਪੰਡ ਆ ਹੈ ਨਾ ਆਪ ਹੀ ਖੋਦ ਕੇ ਆਪ ਹੀ ਦੇ ਦਿੱਤੀ ਹੈਗੀ ਆ, ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਆ, ਇਹ ਤਾਂ ਸਾਡਾ ਅਤੇ ਤੁਹਾਡਾ ਕੋਈ ਪਿਛਲੇ ਜਨਮ ਦਾ ਪਿਆਰ ਹੈਗਾ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਹੈ ਨਾ, ਫਿਰ ਜਿਹੜਾ ਮੰਗੂ ਰਾਮ ਸੀ ਉਹ ਵੀ ਸੰਤਾਂ ਦਾ ਬਹੁਤ ਜ਼ਿਆਦਾ ਸੇਵਕ ਹੋ ਗਿਆ ਸੀਗਾ। ਇਸ ਤਰ੍ਹਾਂ ਨਾ ਮਹਾਂਪੁਰਖ ਇੱਕ ਵਾਰੀ ਬੈਠੇ ਸੀਗੇ, ਅਤੇ ਦੋ ਪ੍ਰੇਮੀ ਆਏ ਮਹਾਂਪੁਰਖਾਂ ਦੇ ਕੋਲ। ਜਦ ਆਏ ਤਾਂ ਮਹਾਂਪੁਰਖਾਂ ਨੇ ਹੈ ਨਾ ਆਉਂਦਿਆਂ ਉਹਨਾਂ ਨੂੰ ਬਚਨ ਸ਼ੁਰੂ ਕਰ ਦਿੱਤੇ, ਕਹਿਣ ਲੱਗੇ ਵੀ ਇੱਕ ਵਾਰੀ ਕੀ ਹੋਇਆ ਵੀ ਮੈਨੂੰ ਹੈ ਨਾ, ਕਹਿੰਦੇ ਗੁੱਸਾ ਬੜਾ ਆ ਮਨ 'ਚ, ਕ੍ਰੋਧ ਦਾ ਬੜਾ ਬੜਾ ਆ। ਕਹਿੰਦੇ ਮੇਰਾ ਦਿਲ ਕਰੇ ਕਿ ਨਾ ਮੈਂ ਕਿਸੇ ਬੰਦੇ ਦੇ ਮੱਥੇ ਨਾ ਲੱਗਾਂ। ਕਹਿੰਦੇ ਮੈਂ ਜਿਉਂ ਤੁਰਿਆ ਜਿਉਂ ਤੁਰਿਆ ਮੈਂ ਕੀ ਦੇਖਿਆ, ਇੱਕ ਨਾ ਬੀਬੀ ਸਾਹਮਣੇ ਹੁਣ ਨਾ ਦੁੱਧ ਜਿਹੜਾ ਸੀ ਉਹ ਮੱਝਾਂ ਦਾ ਚੋ ਕੇ ਲਿਆ ਰਹੀ ਸੀ, ਗਾਈਆਂ ਮੱਝਾਂ ਦਾ। ਕਹਿੰਦੇ ਉਹ ਬੀਬੀ ਜੀ ਨੇ ਜਦ ਸਾਡੇ ਵੱਲ ਦੇਖਿਆ ਤਾਂ ਸਾਨੂੰ ਉਹ ਕਹਿਣ ਲੱਗੇ, ਕਹਿੰਦੀ ਵੀ ਮਹਾਂਪੁਰਖੋ ਵੀ ਤੁਸੀਂ ਦੁੱਧ ਛਕ ਲਓ। ਕਹਿੰਦੇ ਵੀ ਮੈਨੂੰ ਇੱਕ ਗਲਾਸ ਉਹਨੇ ਦੁੱਧ ਦਾ ਦੇ ਦਿੱਤਾ, ਮੈਂ ਛਕ ਲਿਆ। ਉਹਨੇ ਦੂਜਾ ਵੀ ਗਲਾਸ ਭਰ ਦਿੱਤਾ, ਮੈਂ ਦੂਜਾ ਵੀ ਛਕ ਲਿਆ, ਜੋ ਦੋਨੇ ਗਲਾਸ ਦੁੱਧ ਦੇ ਛਕੇ। ਕਹਿੰਦੇ ਮੈਂ ਕੀ ਦੇਖਿਆ, ਮੇਰਾ ਸਾਰਾ ਕ੍ਰੋਧ ਜਿਹੜਾ ਸੀ ਨਾ ਜੋ ਅੰਦਰ ਭਰਿਆ ਪਿਆ ਸੀਗਾ ਸਾਰਾ ਹੀ ਮੱਠਾ ਹੋ ਗਿਆ, ਤਾਂ ਐਨ ਸ਼ਾਂਤੀ ਵਰਤ ਗਏ। ਇਹ ਜਦੋਂ ਮਹਾਂਪੁਰਖਾਂ ਨੇ ਉਹ ਦੋਨਾਂ ਪ੍ਰੇਮੀਆਂ ਨੂੰ ਇਸ ਤਰ੍ਹਾਂ ਦੇ ਬਚਨ ਜਿਹੜੇ ਸੀ ਉਹ ਸੁਣਾਏ, ਉਹ ਪ੍ਰੇਮੀ ਇੱਕ ਦੂਜੇ ਵੱਲ ਦੇਖਣ ਲੱਗ ਪਏ, ਅਤੇ ਮਹਾਂਪੁਰਖ ਕਹਿੰਦੇ ਭਾਈ ਤੁਸੀਂ ਇਸ ਤਰ੍ਹਾਂ ਕਰੋ, ਹੁਣ ਤੁਸੀਂ ਘਰ ਜਾਵੋ, ਠੀਕ ਹੈ, ਅਤੇ ਅਸੀਂ ਜਿਹੜਾ ਹੈਗਾ ਨਾ ਇੱਥੋਂ ਸਾਨੂੰ ਹੁਕਮ ਆ ਅਸੀਂ ਕਿਸੇ ਹੋਰ ਪਾਸੇ ਜਾਣਾ ਹੈਗਾ। ਉਹ ਦੋਨੋਂ ਪ੍ਰੇਮੀ ਜਿਹੜੇ ਹੈ ਨਾ ਘਰ ਚਲੇ ਗਏ। ਜਦ ਅਗਲਾ ਦਿਨ ਹੋਇਆ ਤਾਂ ਉਹ ਪ੍ਰੇਮੀ ਜਿਹੜੇ ਸੀਗੇ ਉਹ ਦੋ ਦੀ ਜਗ੍ਹਾ ਇੱਕ ਹੋਰ ਇੱਕ ਲੜਕਾ ਸੀਗਾ ਉਹਨੂੰ ਲੈ ਕੇ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਫਿਰ ਆ ਗਏ। ਜਦ ਅਗਲੇ ਦਿਨ ਆ ਕੇ ਮੱਥਾ ਟੇਕਿਆ ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਬੜੀ ਜਲਦੀ ਆ ਗਏ ਆ, ਵੀ ਕੱਲ੍ਹ ਤਾਂ ਤੁਸੀਂ ਦੋ ਜਣੇ ਸੀਗੇ, ਤੀਸਰਾ ਕਿਵੇਂ ਕੌਣ ਆ ਗਿਆ ਤੁਹਾਡੇ ਨਾਲ? ਤਾਂ ਉਹ ਪ੍ਰੇਮੀ ਫਿਰ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਇਹ ਜਿਹੜਾ ਸਾਡਾ ਹੈ ਨਾ ਲੜਕਾ ਹੈਗਾ ਇਹ ਅਸੀਂ ਹੈ ਨਾ ਇਹਨੂੰ ਆਪਣੇ ਘਰੋਂ ਲੈ ਕੇ ਆਏ ਹਾਂ। ਮਹਾਂਪੁਰਖ ਕਹਿੰਦੇ ਅੱਛਾ ਕੀ ਗੱਲ ਹੋਈ? ਕਹਿੰਦੇ ਜੀ ਇਹ ਜਿਹੜੀ ਤਾਂ ਕੱਲ੍ਹ ਤੁਸੀਂ ਘਟਨਾ ਦੱਸੀ ਸੀ ਨਾ ਹੂਬ ਹੂ ਇਹ ਸਾਡੇ ਲੜਕੇ ਦੀ ਸੀਗੀ ਕਿ ਸਾਡੇ ਲੜਕੇ ਨੂੰ ਗੁੱਸਾ ਬੜਾ ਆਉਂਦਾ ਸੀਗਾ। ਜਦੋਂ ਗੁੱਸਾ ਆਉਂਦਾ ਹੁੰਦਾ ਸੀ ਤਾਂ ਇਹ ਹਰੇਕ ਕਿਸੇ ਨਾਲ ਲੜਦਾ ਝਗੜਦਾ ਰਹਿੰਦਾ ਸੀਗਾ, ਅਤੇ ਇਹਦਾ ਜਿਹੜਾ ਗੁੱਸਾ ਹੁੰਦਾ ਸੀ ਉਹ ਸੱਤਵੇਂ ਸਮਾਨ 'ਤੇ ਰਹਿੰਦਾ ਸੀਗਾ, ਅਤੇ ਇਹਦਾ ਦਿਮਾਗ ਦੇ ਵਿੱਚ ਤਮੋਗੁਣੀ ਖਿਆਲ ਬਿਰਤੀ ਇੰਨੀ ਜ਼ਿਆਦਾ ਹੋ ਗਈ ਸੀਗੀ ਕਿ ਅਸੀਂ ਫਿਰ ਇਹਨੂੰ ਹੈ ਨਾ ਘਰ ਦੇ ਵਿੱਚ ਫਿਰ ਸੰਗਲਾਂ ਦੇ ਨਾਲ ਬੰਨਣਾ ਸ਼ੁਰੂ ਕਰ ਦਿੱਤਾ ਸੀ, ਕਿਉਂ ਜਿਹੜੀ ਚੀਜ਼ ਇਹਦੇ ਹੱਥ ਵਿੱਚ ਆਉਂਦੀ ਸੀ ਇਹਨਾਂ ਨੂੰ ਤੋੜ ਦਿੰਦਾ ਸੀਗਾ। ਕਹਿੰਦੇ ਇਸ ਕਰਕੇ ਹੈ ਨਾ ਇਹਦਾ ਜੀਵਨ ਨਰਕ ਸੀਗਾ ਅਤੇ ਨਾਲ ਸਾਡਾ ਵੀ ਜੀਵਨ ਜਿਹੜਾ ਸੀਗਾ ਇਸ ਤਰ੍ਹਾਂ ਦਾ ਬਣ ਗਿਆ ਸੀਗਾ। ਪਰ ਅਸੀਂ ਤੁਹਾਡੇ ਨਾਲ ਇਹੋ ਗੱਲ ਕਰਨ ਆਏ ਸੀ, ਪਰ ਅਸੀਂ ਗੱਲ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਸਾਰਾ ਕੁਝ ਸਮਝਾ ਦਿੱਤਾ ਸੀਗਾ। ਕਹਿੰਦੇ ਅਸੀਂ ਤੁਹਾਡੀ ਗੱਲ ਨੂੰ ਸਮਝਦੇ ਹੋਏ ਬਿਨਾਂ ਕਿਸੇ ਪ੍ਰਸ਼ਨ ਤੋਂ ਸਾਨੂੰ ਉੱਤਰ ਮਿਲ ਗਿਆ ਸੀਗਾ, ਅਸੀਂ ਘਰ ਜਾ ਕੇ ਆਪਣਾ ਜਿਹੜਾ ਲੜਕਾ ਸੰਗਲਾਂ ਨਾਲ ਬੰਨਿਆ ਸੀਗਾ ਹੈ ਨਾ ਇਹਨੂੰ, ਕਹਿੰਦੇ ਅਸੀਂ ਦੋ ਗਲਾਸ ਦੁੱਧ ਦੇ ਪਿਲਾਏ, ਬਸ ਦੁੱਧ ਦੇ ਕਾਹਦੇ ਪੁੜਾਈ ਸੀ, ਇਹਦੀ ਜਿਹੜੀ ਬਿਰਤੀ ਸੀ ਹੈ ਨਾ ਤਮੋ ਗੁਣੀ ਪੂਰੀ ਖਤਮ ਹੋ ਗਈ ਸੀ, ਅਤੇ ਇਹਦੇ ਅੰਦਰ ਸਤੋ ਗੁਣੀ ਬਿਰਤੀ ਆ ਗਈ ਸੀ, ਬਿਲਕੁਲ ਸ਼ਾਂਤ ਹੋ ਗਿਆ ਸੀਗਾ, ਬਹੁਤ ਸੁੰਦਰ ਗੱਲਾਂ ਕਰਨ ਲੱਗ ਪਿਆ ਸੀਗਾ। ਅਤੇ ਅੱਜ ਅਸੀਂ ਇਹਦੇ ਹੈ ਨਾ ਸਾਰੇ ਸੰਗਲ ਵਗੈਰਾ ਸਭ ਖੋਲ੍ਹ ਕੇ ਇਹਨੂੰ ਆਪਣੇ ਨਾਲ ਲਏ ਹਾਂ, ਅਤੇ ਇਹ ਕਹਿੰਦਾ ਸੀਗਾ ਮੈਂ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਆ। ਸੋ ਇਸ ਤਰ੍ਹਾਂ ਨਾ ਮਹਾਂਪੁਰਖ ਜਿਹੜੇ ਹੁੰਦੇ ਆ ਜਦੋਂ ਕਿਸੇ ਦਾ ਭਲਾ ਕਰਦੇ ਹਨ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਵਿਉਂਤਬੰਦੀ ਨਾਲ ਸਮਝਾ ਦਿੰਦੇ ਆ। ਇਸੇ ਤਰ੍ਹਾਂ ਹੈ ਨਾ ਇੱਕ ਵਾਰ ਸਰਦਾਰ ਜਗੀਰ ਸਿੰਘ ਜੀ ਹੁੰਦੇ ਸੀ, ਉਹਨਾਂ ਦੀ ਮਾਤਾ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਈ, ਅਤੇ ਉਸ ਟਾਈਮ ਮਹਾਂਪੁਰਖ ਜਿਹੜੇ ਸੀ ਜਦੋਂ ਬਚਨ ਬਲਾਸ ਕਰਦੇ ਸੀਗੇ, ਬਚਨ ਬਲਾਸ ਕਰਨ ਤੋਂ ਬਾਅਦ ਹੈ ਨਾ ਮਹਾਂਪੁਰਖਾਂ ਨੇ ਕੀ ਕੀਤਾ, ਜਗੀਰ ਸਿੰਘ ਦੀ ਮਾਤਾ ਨੂੰ ਹੈ ਨਾ ਇੱਕ ਫਲ ਦਿੱਤਾ ਅੰਬ ਦਾ, ਕਹਿਣ ਲੱਗੇ ਇਹ ਜਿਹੜਾ ਫਲ ਹੈ ਨਾ ਤੂੰ ਆਪਣੀ ਨੂੰਹ ਨੂੰ ਦੇ ਦੇ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਉਹ ਜਿਹੜੀ ਮਾਤਾ ਸੀ ਉਹਨਾਂ ਦੀ ਉਹ ਅੰਬ ਦਾ ਫਲ ਨੂੰ ਘਰ ਲੈ ਆਈ, ਉਹਨੇ ਆਪਣੀ ਨੂੰਹ ਨੂੰ ਕਿਹਾ ਵੀ ਇਹ ਜਿਹੜਾ ਫਲ ਹੈ ਨਾ ਸੰਤ ਉੱਤਰ ਦੇਵ ਜੀ ਹੁਣੇ ਦਿੱਤਾ ਹੈਗਾ, ਇਹ ਤੂੰ ਛਕ ਲੈ।
ਕਹਿੰਦੇ ਉਹਦੀ ਨੂੰਹ ਨੇ ਇਸ ਤਰ੍ਹਾਂ ਕੀਤਾ, ਉਹ ਫਲ ਛਕ ਲਿਆ। ਜਦ ਫਲ ਛਕ ਲਿਆ, ਜਦ ਉਹ ਦਿਨ ਤਾਂ ਨਿਕਲ ਗਿਆ, ਜਦ ਰਾਤ ਹੋਈ ਤਾਂ ਉਹਨੂੰ ਇੱਕ ਸੁਪਨਾ ਆਇਆ। ਸੁਪਨੇ ਵਿੱਚ ਉਹਨੇ ਕੀ ਦੇਖਿਆ ਕਿ ਇੱਕ ਚਿੱਟੇ ਰੰਗ ਦੇ ਕੋਈ ਜਾਣੀ ਕਿ ਦਿਵ ਮੂਰਤੀ ਆਈ ਆ ਘੋੜੇ 'ਤੇ ਸਵਾਰ ਹੋ ਕੇ। ਉਹ ਆ ਕੇ ਜਿਹੜੀ ਸੀ ਇਹਦੀ ਨੂੰਹ ਨੂੰ ਕਹਿਣ ਲੱਗੀ ਕਿ ਆਹ ਜਿਹੜੇ ਤੂੰ ਹੈ ਨਾ ਤਵੀਤ ਪਾਏ ਆ, ਤੇਰਾ ਜਿਹੜਾ ਪਹਿਲਾਂ ਲੜਕਾ ਹੋਇਆ ਸੀ ਜਿਹਨੂੰ ਮਰੇ ਨੂੰ 8 ਸਾਲ ਹੋ ਗਏ, ਉਹ ਤੋਂ ਬਾਅਦ ਤੇਰੇ ਔਲਾਦ ਨਹੀਂ ਹੋਈ, ਤੂੰ 8 ਸਾਲਾਂ ਤੋਂ ਇਹ ਤਵੀਤ ਪਾਈ ਫਿਰਦੀ ਹੈ ਨਾ, ਤਵੀਤਾਂ ਨੇ ਤੇਰਾ ਕੁਛ ਨਹੀਂ ਜਿਹੜਾ ਹੈਗਾ ਬਣਾਉਣਾ ਹੈਗਾ, ਅਗਰ ਤਵੀਤਾਂ ਦੇ ਨਾਲ ਬੱਚੇ ਪੈਦਾ ਹੋਣ ਲੱਗਣ ਤਾਂ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਤਾਂ ਕੋਈ ਮੰਨਿਆ ਹੀ ਨਾ ਹੈਗਾ। ਕਹਿੰਦੇ ਜਦੋਂ ਉਸ ਚਿੱਟੇ ਕੱਪੜੇ ਵਾਲੀ ਦੇਵ ਮੂਰਤੀ ਨੇ ਉਹਦੀ ਨੂੰਹ ਦੱਸਦੀ ਸੀ ਕਿ ਜਦੋਂ ਸੁਪਨੇ ਵਿੱਚ ਮੈਂ ਇਸ ਤਰ੍ਹਾਂ ਗੱਲਾਂ ਕੀਤੀਆਂ, ਅਤੇ ਕਹਿੰਦੀ ਫਿਰ ਮੈਂ ਆਪ ਹੀ ਉਹਦੇ ਚਰਨਾਂ 'ਚ ਮੱਥਾ ਟੇਕੇ, ਅਤੇ ਕਹਿੰਦੀ ਫਿਰ ਮੈਂ ਜਿਹੜੇ ਗਲ 'ਚ ਤਵੀਤ ਪਾਏ ਸੀ ਹੈ ਨਾ, ਉਹ ਹੱਥ ਦਾਦੇ ਨਾਲ ਲਾ ਕੇ ਸੁੱਟ ਦਿੱਤੇ, ਜਿਉਂ ਹੀ ਸੁੱਟੇ ਕਹਿੰਦੀ ਮੇਰੀ ਜਾਗ ਆ ਕੇ। ਜਦ ਕਹਿੰਦੀ ਮੈਂ ਕੀ ਦੇਖਿਆ ਉੱਥੇ, ਕੁਛ ਵੀ ਨਹੀਂ, ਮੈਂ ਕਿਹਾ ਕਮਾਲ ਹੈ ਕਿਹੋ ਜਿਹਾ ਸੁਪਨਾ ਆਇਆ ਹੈਗਾ। ਜਦ ਦਿਨ ਚੜ੍ਹਿਆ ਅਤੇ ਕਹਿੰਦੀ ਫਿਰ ਮੈਂ ਉਹਦੀ ਨੂੰਹ ਦੱਸਦੀ, ਕਹਿੰਦੀ ਫਿਰ ਮੈਂ ਆਪਣੀ ਮਾਤਾ ਜੀ ਨੂੰ ਦੱਸਿਆ ਵੀ ਰਾਤ ਮੈਨੂੰ ਇਸ ਤਰ੍ਹਾਂ ਦਾ ਸੁਪਨਾ ਆਇਆ ਵੀ ਕੋਈ ਹੈ ਨਾ ਚਿੱਟੇ ਕੱਪੜਿਆਂ ਵਾਲਾ ਹੈਗਾ, ਕੋਈ ਆਪਣੇ ਦੇਵ ਮੂਰਤੀ ਮਹਾਂਪੁਰਖ ਹੈਗੇ ਆ, ਅਤੇ ਉਹ ਮੇਰੇ ਕੋਲ ਆਏ ਸੀ ਤਾਂ ਉਹਨੇ ਮੈਨੂੰ ਤਵੀਤ ਲਾਉਣ ਵਾਸਤੇ ਆਖਿਆ ਸੀਗਾ ਕਿ ਇਹਨਾਂ ਤਵੀਤਾਂ ਦੇ ਨਾਲ ਕੁਛ ਨਹੀਂ ਬਣ ਲੱਗਾ, ਇਹੋ ਜਿਹੇ ਕੱਚੇ ਬਾਬਿਆਂ ਦੇ ਨਾਲ ਜੁੜਨ ਕਰਕੇ ਹੈ ਨਾ ਬੰਦਾ ਹਮੇਸ਼ਾ ਹੀ ਆਪਣੀ ਦਾਤ ਤੋਂ ਟੁੱਟਿਆ ਰਹਿੰਦਾ ਹੈਗਾ, ਇਸ ਕਰਕੇ ਤੁਸੀਂ ਹੈ ਨਾ ਨਾਮ ਜਪਿਆ ਕਰੋ। ਜਦੋਂ ਕਹਿੰਦੀ ਇਹ ਗੱਲ ਹੋਈ ਤਾਂ ਉਹਦੀ ਮਾਤਾ ਜਿਹੜੀ ਸੱਸ ਸੀ ਉਹ ਵੀ ਇਹ ਸੁਪਨਾ ਸੁਣ ਕੇ ਬੜੀ ਹੈਰਾਨ ਹੋ ਗਈ। ਫਿਰ ਉਹਦੀ ਨੂੰਹ ਕਿਉਂਕਿ ਸਿਆਣੀ ਸੀ, ਉਹ ਆਪਣੀ ਸੱਸ ਨੂੰ ਕਹਿਣ ਲੱਗੀ ਵੀ ਜਿਹੜੇ ਸੰਤਾਂ ਨੇ ਮੈਨੂੰ ਅੰਬ ਦਿੱਤਾ ਸੀ ਉਹ ਸੰਤ ਕਿਹੋ ਜਿਹੇ ਸੀ? ਅਤੇ ਉਹਦੀ ਸੱਸ ਕਹਿਣ ਲੱਗੀ, ਕਹਿੰਦੀ ਉਦਣ ਉਹਨੇ ਹੈ ਨਾ ਚਿੱਟੇ ਕੱਪੜੇ ਪਾਏ ਸੀਗੇ, ਕੁੜਤਾ ਵੀ ਚਿੱਟਾ ਸੀਗਾ ਅਤੇ ਥੱਲੇ ਵੀ ਸਾਰਾ ਜਿਹੜਾ ਸੀਗਾ ਉਹਨਾਂ ਦਾ ਪਜਾਮਾ ਸਭ ਚਿੱਟਾ ਸੀਗਾ, ਉੱਪਰ ਉਹਨਾਂ ਨੇ ਜਿਹੜੀ ਪੱਗੜੀ ਬੰਨ੍ਹੀ ਸੀ ਉਹ ਵੀ ਚਿੱਟੀ ਸੀ, ਅਤੇ ਜਿਹੜੀ ਉਹਨਾਂ ਨੇ ਉੱਤੇ ਖੇਸੀ ਲਈ ਸੀ ਹੈ ਨਾ ਉਹ ਵੀ ਚਿੱਟੀ ਸੀਗੀ। ਤਾਂ ਫਿਰ ਉਹਦੀ ਨੂੰਹ ਨੂੰ ਪੱਕਾ ਯਕੀਨ ਹੋ ਗਿਆ ਵੀ ਹੋਵੇ ਨਾ ਹੋਵੇ ਨਾ ਇਹ ਸੰਤ ਜ਼ਰੂਰ ਹੋਣਗੇ, ਹੋਰ ਦੂਸਰਾ ਹੋ ਨਹੀਂ ਸਕਦਾ ਹੈਗਾ। ਪਰ ਜਦ ਦੱਸਦੇ ਆ ਕਿ ਜਦੋਂ ਉਹਨੇ ਮਤਲਬ ਆਪਣੇ ਗਲ ਦੇ ਵਿੱਚ ਹੱਥ ਮਾਰਿਆ, ਜਦ ਕੀ ਦੇਖ ਕੇ ਜਿਹੜੇ ਤਵੀਤ ਉਹਨੇ ਬੜੇ ਭਾਰੇ ਧਾਗੇ ਨਾਲ ਬੰਨ੍ਹੇ ਹੋਏ ਸੀ ਉਹ ਗਲ ਵਿੱਚ ਤਵੀਤ ਹੀ ਨਹੀਂ ਸੀਗੇ, ਜਦ ਤਵੀਤ ਨਹੀਂ ਦੇਖੇ ਉਹਨੇ ਤਾਂ ਉਹਨੇ ਆਪਣੀ ਸੱਸ ਨੂੰ ਦੱਸਿਆ ਵੀ ਮੇਰੇ ਗਲ ਵਿੱਚ ਤਵੀਤ ਕਿੱਧਰ ਗਏ, ਮੇਰੇ ਗਲ 'ਚ ਤਵੀਤ ਹੁੰਦੇ ਸੀਗੇ, ਪਰ ਜਿਸ ਜਗ੍ਹਾ 'ਤੇ ਮੰਜੇ 'ਤੇ ਬਿਸਤਰੇ 'ਤੇ ਸੁੱਤੀ ਸੀ ਜਦ ਉਹ ਬਿਸਤਰਾ ਸਾਰਾ ਫੋਲ ਮਾਰਿਆ ਉਹਦੇ ਵਿੱਚ ਵੀ ਤਵੀਤ ਕੋਈ ਨਹੀਂ ਲੱਭਿਆ। ਅਤੇ ਫਿਰ ਉਹ ਕਹਿਣ ਲੱਗੀ, ਕਹਿੰਦੀ ਵੀ ਜੇ ਮਤਲਬ ਜਗੀਰ ਸਿੰਘ ਹੁਣੀ ਆ ਜਾਣਗੇ ਤਾਂ ਉਹਨੇ ਮੇਰੇ ਗਲ 'ਚ ਜੇ ਤਵੀਤ ਨਹੀਂ ਦੇਖੇ ਉਹ ਮੈਨੂੰ ਆ ਕੇ ਬੋਲਣਗੇ। ਪਰ ਇੱਧਰ ਦੇਖੋ ਕੁਦਰਤ ਦਾ ਕਰਿਸ਼ਮਾ ਐਸਾ ਵਰਤਿਆ ਕਿ ਜਿਹੜੇ ਸਰਦਾਰ ਜਗੀਰ ਸਿੰਘ ਸੀਗੇ ਉਹ ਜਦੋਂ ਉਸ ਕੁਦਰਤੀ ਮਹਾਂਪੁਰਖਾਂ ਦੇ ਉੱਥੇ ਚਲੇ ਗਏ ਜਿੱਥੇ ਮਹਾਂਪੁਰਖ ਬਚਨ ਬਲਾਸ ਕਰਦੇ ਸੀ, ਜਿੱਥੇ ਬਚਨ ਬਲਾਸ ਕਰਦੇ ਸੀ, ਜਾਂ ਜਗੀਰ ਸਿੰਘ ਹੁਣਾਂ ਨੇ ਸੰਤਾਂ ਨੂੰ ਮੱਥਾ ਟੇਕਿਆ, ਉਸ ਸੰਗਤ ਦੇ ਵਿੱਚ ਬੈਠੇ ਅਤੇ ਮਹਾਂਪੁਰਖਾਂ ਦੇ ਬਚਨ ਇਸ ਤਰ੍ਹਾਂ ਦੇ ਚੱਲਦੇ ਸੀਗੇ। ਕਹਿੰਦੇ ਦੇਖੋ ਅੱਜ ਕੱਲ੍ਹ ਦੇ ਜਿੰਨੇ ਵੀ ਸਿਆਣੇ ਹੈਗੇ ਉਹ ਕਿਵੇਂ ਜਿਹੜੇ ਇਹ ਦੁਨੀਆਂ ਨੂੰ ਲੁੱਟ ਰਹੇ ਆ, ਉਸ ਭੇਖ ਦੇ ਵਿੱਚ ਕਹਿੰਦੇ ਇਹ ਧਾਗੇ ਤਵੀਤ ਬਣਾ ਬਣਾ ਕੇ ਦੇ ਰਹੇ ਆ, ਅਤੇ ਇਹ ਜਿਹੜਾ ਸਾਰਾ ਹੀ ਧਰਮ ਦਾ ਜਿੰਨਾ ਵੀ ਕੰਮ ਕਾਰ ਉਹ ਕਰ ਰਹੇ ਹੈਗੇ ਉਹ ਕੇਵਲ ਅਤੇ ਕੇਵਲ ਆਪਣੇ ਪੈਸੇ ਕਮਾਉਣ ਵਾਸਤੇ ਕਰ ਰਹੇ ਆ, ਅਤੇ ਦੁਨੀਆ ਕਹਿੰਦੇ ਦੇਖੋ ਕਿਵੇਂ ਉਹਨਾਂ ਦੀ ਗੁਲਾਮ ਹੋ ਕੇ ਕੰਮ ਕਰ ਰਹੇ ਆ। ਜੇ ਇਹਨਾਂ ਤਵੀਤਾਂ ਦੇ ਨਾਲ ਘਰਾਂ ਦੇ ਵਿੱਚ ਪੁੱਤ ਮਿਲਣ ਤਾਂ ਫਿਰ ਵਾਹਿਗੁਰੂ ਦੀ ਬੰਦਗੀ ਕੌਣ ਕਰੇਗਾ, ਉਸ ਪਰਮੇਸ਼ਰ ਦਾ ਨਾਮ ਕੌਣ ਜਪੇਗਾ? ਜਾਂ ਜਗੀਰ ਸਿੰਘ ਹੁਣਾਂ ਨੇ ਬਚਨ ਸੁਣੇ ਤਾਂ ਉਹਨਾਂ ਦੇ ਮਨ ਵਿੱਚ ਵੀ ਆ ਗਿਆ ਕਿ ਮੈਂ ਵੀ ਤਾਂ ਘਰ ਦੇ ਵਿੱਚ ਮੇਰੇ ਔਲਾਦ ਕੋਈ ਨਹੀਂ, ਅਤੇ ਅਸੀਂ ਵੀ ਤਾਂ ਜਾਣੀ ਘਰ ਦੇ ਵਿੱਚ ਤਵੀਤ ਜਿਹੜੇ ਆਪਣੀ ਘਰਵਾਲੀ ਦੇ ਪਵਾਏ ਵਾ, ਇਹ ਤਾਂ ਮਹਾਂਪੁਰਖਾਂ ਨੇ ਮੇਰੇ ਦਿਲ ਦੀ ਬੁੱਝ ਲਈ ਆ। ਜਦ ਉਹ ਜਗੀਰ ਸਿੰਘ ਜੀ ਘਰ ਗਏ, ਘਰ ਆ ਕੇ ਜਿਹੜੀ ਉਹ ਉਹਨਾਂ ਦੀ ਮਾਤਾ ਦੀ ਨੂੰਹ ਸੀ ਉਹਨੇ ਜਾ ਕੇ ਜਗੀਰ ਸਿੰਘ ਨੂੰ ਦੱਸਿਆ ਕਿ ਰਾਤੀ ਜਿਹੜੇ ਮੇਰੇ ਤਵੀਤ ਮੈਂ ਪਾਏ ਸੀ ਗਲ 'ਚੋਂ ਮੇਰੇ ਕੋਲ ਪਤਾ ਨਹੀਂ ਕਿੱਥੇ ਡਿੱਗ ਪਏ ਆ। ਜਾਂ ਜਗੀਰ ਸਿੰਘ ਦੀ ਮਾਤਾ ਨੇ ਇਹ ਵੀ ਗੱਲ ਜਿਹੜੀ ਜਗੀਰ ਸਿੰਘ ਨੂੰ ਦੱਸੀ ਤਾਂ ਜਗੀਰ ਸਿੰਘ ਜੀ ਕਿਉਂਕਿ ਮਹਾਂਪੁਰਖਾਂ ਦਾ ਹਜੇ ਨਵਾਂ ਨਵਾਂ ਜਿਹੜਾ ਸੀ ਉਹ ਬਚਨ ਬਲਾ ਸੁਣ ਕੇ ਆਏ ਸੀ, ਉਹ ਕਹਿਣ ਲੱਗੇ ਉਹ ਕਹਿੰਦੇ ਮਾਤਾ ਜੀ ਇਹ ਤਾਂ ਬਹੁਤ ਹੀ ਚੰਗਾ ਹੋਇਆ, ਤਵੀਤਾਂ ਨਾ ਵੀ ਕਦੀ ਜਿਹੜੇ ਹੈਗੇ ਉਹ ਬੱਚੇ ਮਿਲਦੇ ਆ, 8 ਸਾਲ ਹੋ ਗਏ ਕਹਿੰਦੇ ਤਵੀਤ ਪਾਇਆ ਨੂੰ, ਅੱਜ ਤੱਕ ਤਾਂ ਸਾਡੇ ਘਰ ਦੇ ਵਿੱਚ ਕੋਈ ਲਾਲ ਨਹੀਂ ਖੇਡਿਆ। ਇਹੋ ਗੱਲ ਤਾਂ ਕਹਿੰਦੇ ਸਾਨੂੰ ਮਹਾਂਪੁਰਖ ਨੇ ਦੱਸੀ ਆ ਕਿ ਨਾਮ ਜਪੋ ਭਾਈ, ਬੰਦਗੀ ਕਰੋ, ਕਿਰਤ ਕਰੋ, ਵੰਡ ਕੇ ਛਕੋ। ਜਦ ਕਹਿੰਦੇ ਇਹ ਗੱਲ ਹੋਈ ਤਾਂ ਕਹਿੰਦੇ ਫਿਰ ਉਹਨਾਂ ਦੀ ਮਾਤਾ ਜਿਹੜੇ ਸੀ ਉਹ ਵੀ ਬੜੇ ਖੁਸ਼ ਹੋ ਗਏ। ਬਸ ਐਸੀ ਕਹਿੰਦੇ ਮਾਲਕ ਦੀ ਕਿਰਪਾ ਹੋਈ ਕਿ ਸਾਲ ਦੇ ਵਿੱਚ ਹੀ ਉਹਨਾਂ ਦੇ ਇੱਕ ਲੜਕੀ ਹੋਈ, ਅਤੇ ਉਸ ਤੋਂ ਬਾਅਦ ਫਿਰ ਇੱਕ ਲੜਕੇ ਦੀ ਦਾਤ ਜਿਹੜੀ ਸੀਗੀ ਉਹਨਾਂ ਨੂੰ ਪ੍ਰਾਪਤ ਹੋ ਗਈ ਸੀ। ਇਸੇ ਤਰ੍ਹਾਂ ਕਹਿੰਦੇ ਸਮਾਂ ਚੱਲਦਾ ਗਿਆ, ਜਗੀਰ ਸਿੰਘ ਹੁਣਾਂ ਦੇ ਜਦੋਂ 2 ਬੱਚੇ ਹੋਏ ਉਹਨਾਂ ਦਾ ਉਤਸ਼ਾਹ ਜਿਹੜਾ ਸੀਗਾ ਪ੍ਰੇਮ ਸੀ ਮਹਾਂਪੁਰਖਾਂ ਨਾਲ ਬਹੁਤ ਹੋ ਗਿਆ, ਅਤੇ ਕਹਿੰਦੇ ਸਮਾਂ ਪਾ ਕੇ ਨਾ ਜਗੀਰ ਸਿੰਘ ਹੁਣਾਂ ਨੂੰ ਕੈਂਸਰ ਹੋ ਗਿਆ। ਜਦ ਕੈਂਸਰ ਹੋ ਗਿਆ ਤਾਂ ਉਹਨਾਂ ਨੇ ਹੈ ਨਾ ਮਹਾਂਪੁਰਖਾਂ ਨੂੰ ਬੁਲਾਇਆ। ਜਦ ਮਹਾਂਪੁਰਖ ਘਰ ਆਏ ਤਾਂ ਜਗੀਰ ਸਿੰਘ ਨੇ ਆਪਣੀ ਹਾਲਤ ਦੱਸੀ ਵੀ ਜਿਹੜਾ ਮੇਰਾ ਗਲੇ ਦਾ ਕੈਂਸਰ ਉਹ ਅੰਦਰ ਸਾਰਾ ਬੜਾ ਕੰਮ ਖਰਾਬ ਹੈਗਾ ਅਤੇ ਮੈਨੂੰ ਆਰਾਮ ਨਹੀਂ ਆ ਰਿਹਾ ਹੈਗਾ,
ਤੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਮੇਰਾ ਅੰਤ ਸਮਾਂ ਆ ਰਿਹਾ ਹੈਗਾ। ਪਰ ਕਹਿੰਦੇ ਮਹਾਂਪੁਰਖ ਕੁਛ ਨਹੀਂ ਬੋਲੇ, ਪਰ ਕਹਿੰਦੇ ਕੀ ਦੇਖਿਆ, ਮਹਾਂਪੁਰਖਾਂ ਨੇ ਉਸ ਟਾਈਮ ਫਿਰ ਕਹਿਣ ਲੱਗੇ ਵੀ ਆਪਣੇ ਘਰ ਦੇ ਵਿੱਚ ਹਰੀਆਂ ਮਿਰਚਾਂ ਹੈ। ਜਦ ਕਹਿੰਦੇ ਇਹ ਗੱਲ ਹੋਈ ਤਾਂ ਉਹ ਘਰ ਦੇ ਕਹਿਣ ਲੱਗੇ ਜੀ ਹਰੀਆਂ ਮਿਰਚਾਂ ਤਾਂ ਅਸੀਂ ਖੇਤ ਵਿੱਚੋਂ ਹੁਣੇ ਸਬਜ਼ੀ ਨਾਲ ਤੋੜ ਕੇ ਲਾਏ ਹਾਂ। ਅਤੇ ਮਹਾਂਪੁਰਖਾਂ ਨੇ ਕੁਛ ਮਿਰਚਾਂ ਜਿਹੜੀਆਂ ਨਾ ਚੱਕ ਕੇ ਉਹ ਕੁੰਡੇ ਵਿੱਚ ਕੁੱਟ ਕੇ ਕਹਿੰਦੇ ਆਪ ਹੀ ਜਿਹੜਾ ਨਮਕ ਪਾ ਕੇ ਆਪ ਹੀ ਛੱਕ ਲਈਆਂ। ਜਦ ਛਕੀਆਂ ਤਾਂ ਉਹਨਾਂ ਦੇ ਘਰਦਿਆਂ ਨੂੰ ਕਹਿਣ ਲੱਗੇ ਕਿ ਤੁਸੀਂ ਹੈ ਨਾ ਇੱਥੇ ਬੈਠੋ, ਅਗਰ ਜਗੀਰ ਸਿੰਘ ਨੂੰ ਪਾਣੀ ਦੀ ਪਿਆਸ ਲੱਗੂਗੀ ਤਾਂ ਉਹਨੂੰ ਪਾਣੀ ਜ਼ਰੂਰ ਦੇ ਦਿਓ, ਅਸੀਂ ਕੁਛ ਸਮੇਂ ਬਾਅਦ ਆਉਂਦੇ। ਇਹ ਗੱਲ ਕਹਿ ਕੇ ਨਾ ਸੰਤ ਉੱਤਰ ਦੇਵ ਜੀ ਬਾਹਰ ਗਏ। ਜਦ ਬਾਹਰ ਗਏ ਤਾਂ ਇੱਧਰ ਜਗੀਰ ਸਿੰਘ ਹੁਣਾਂ ਨੂੰ ਜਦੋਂ ਅੰਦਰੋਂ ਤਕਲੀਫ ਹੋਣ ਲੱਗ ਪਈ, ਜਦ ਤਕਲੀਫ ਹੋਈ ਦੱਸਦੇ ਵੀ ਜਗੀਰ ਸਿੰਘ ਹੁਣਾਂ ਨੂੰ ਉਲਟੀ ਆਈ ਆ। ਜਦ ਉਲਟੀ ਆਈ ਆ ਉਹਦੇ ਵਿੱਚ ਸੋ ਉਲਟੀ ਦੇ ਵਿੱਚੋਂ ਪੀਲੇ ਰੰਗ ਦਾ ਪਾਣੀ ਬਾਹਰ ਨਿਕਲਿਆ ਅਤੇ ਥੋੜ੍ਹਾ ਜਿਹਾ ਜਿਹੜਾ ਸੀ ਖੂਨ ਜਿਹੜਾ ਸੀ ਜਰਾ ਜਿਹੜੇ ਖੂਨ ਦੇ ਸੀਗੇ ਉਹ ਵੀ ਉਲਟੀ ਨਾਲ ਬਾਹਰ ਆਏ। ਜਦ ਉਲਟੀ ਨਾਲ ਬਾਹਰ ਆਏ ਸੋ ਉਸ ਉਲਟੀ ਦੇ ਵਿੱਚੋਂ ਇੰਨਾ ਮੁਸ਼ਕ ਆਇਆ ਹੈ ਨਾ ਵੀ ਜਿਵੇਂ ਘਰ ਦੇ ਵਿੱਚ ਪੂਰੇ ਘਰ ਦੇ ਵਿੱਚ ਬਦਬੋ ਫੈਲ ਗਈ। ਜਾਂ ਬਦਬੋ ਫੈਲੀ ਸਾਰਿਆਂ ਨੇ ਆਪਣੇ ਮੂੰਹ ਢੱਕ ਲਏ, ਪਰ ਜਦੋਂ ਉਹਨਾਂ ਦੀ ਉਲਟੀ ਜਿਹੜੀ ਸੀ ਉਹ ਸਾਫ਼ ਕੀਤੀ, ਜਦ ਕੀ ਦੇਖਿਆ ਉਲਟੀ ਦੇ ਥੱਲਿਓਂ ਦੀ ਜਿਹੜੀਆਂ ਸੀ ਉਹ ਹਰੀਆਂ ਮਿਰਚਾਂ ਦਾ ਗੁੱਛਾ ਨਿਕਲਿਆ। ਜਦ ਹਰੀਆਂ ਮਿਰਚਾਂ ਦਾ ਗੁੱਛਾ ਨਿਕਲਿਆ ਤਾਂ ਸਾਰੇ ਹੈਰਾਨ ਹੋ ਗਏ, ਪਰ ਉਹਨਾਂ ਨੇ ਇਹ ਗੱਲ ਦੀ ਸਮਝ ਆਈ ਕਿ ਹਰੀਆਂ ਮਿਰਚਾਂ ਤਾਂ ਮਹਾਂਪੁਰਖ ਛੱਕ ਕੇ ਗਏ, ਜਗੀਰ ਸਿੰਘ ਦੇ ਪੇਟ ਵਿੱਚੋਂ ਕਿਵੇਂ ਨਿਕਲ ਆਈਆਂ। ਪਰ ਦੇਖੋ ਇਹ ਮਹਾਂਪੁਰਖਾਂ ਦੇ ਰੰਗ ਜਿਹਨੇ ਬਾਣੀ ਕਹਿੰਦੀ ਸਾਧਗੀ ਮਹਿਮਾ ਵੇਦ ਨਾ ਜਾਣੇ, ਵੀ ਮਿਰਚਾਂ ਤਾਂ ਮਹਾਂਪੁਰਖਾਂ ਨੇ ਖਾਧੀਆਂ ਸੀਗੀਆਂ ਪਰ ਉਲਟੀ ਰਾਹੀਂ ਇਹ ਜਗੀਰ ਸਿੰਘ ਦੇ ਪੇਟ 'ਚੋਂ ਬਾਹਰ ਆਈਆਂ। ਪਰ ਉਹਨਾਂ ਨੂੰ ਪਤਾ ਲੱਗ ਗਿਆ, ਜਦ ਪਤਾ ਲੱਗ ਗਿਆ ਇਹਨਾਂ ਨੂੰ ਸੰਤ ਮਹਾਂਪੁਰਖ ਵੀ ਵਾਪਸ ਆ ਗਏ। ਜਦ ਵਾਪਸ ਆਏ ਤਾਂ ਜਗੀਰ ਸਿੰਘ ਦੇ ਜਿਹੜੇ ਉਸੇ ਟਾਈਮ ਜਿਹੜੀ ਸੀ ਉਹਨਾਂ ਨੂੰ ਭੁੱਖ ਲੱਗੀ। ਜਦ ਭੁੱਖ ਲੱਗੀ ਤਾਂ ਮਹਾਂਪੁਰਖ ਕਹਿਣ ਲੱਗੇ ਕਿ ਜਗੀਰ ਸਿੰਘ ਉਹਨਾਂ ਨੂੰ ਤੁਸੀਂ ਪਹਿਲਾਂ ਦੁੱਧ ਛਕਾਵੋ। ਫਿਰ ਉਸ ਟਾਈਮ ਜਗੀਰ ਸਿੰਘ ਜੀ ਨੇ ਉੱਠ ਕੇ ਹਨ ਇੱਕ ਗਲਾਸ ਦੁੱਧ ਦਾ ਛਕਿਆ। ਉਸ ਤੋਂ ਬਾਅਦ ਫਿਰ ਇੱਕ ਦੋ ਪ੍ਰਸ਼ਾਦਿਆਂ ਦੀ ਭੁੱਖ ਵੀ ਜਿਹੜੀ ਸੀ ਜਗੀਰ ਸਿੰਘ ਨੂੰ ਲੱਗੀ। ਉਸ ਤੋਂ ਬਾਅਦ ਫਿਰ ਭਾਈ ਜਗੀਰ ਸਿੰਘ ਹੁਣੀ ਨਾ ਬਿਲਕੁਲ 9 ਵਾਰ 9 ਹੋ ਗਏ ਸੀਗੇ। ਸੋ ਇਸ ਤਰ੍ਹਾਂ ਦੇ ਮਹਾਂਪੁਰਖਾਂ ਦੀਆਂ ਨਾ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਚੱਲਦੀਆਂ ਹੈਗੀਆਂ, ਜਿਹੜੀਆਂ ਦਾਸ ਜਿਹੜੀਆਂ ਹਨ ਅਗਲੇ ਉਹਨਾਂ ਦਾ ਜੋ ਵੀ ਹੈਗਾ ਉਹਦੇ ਵਿੱਚ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝੀਆਂ ਕਰੇਗਾ। ਸੋ ਇੰਨੇ ਬਚਨ ਕਰਦੇ ਹੋਏ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।